ਸਤਿ ਸ਼੍ਰੀ ਅਕਾਲ ਪੰਜਾਬ ਟੁਡੇ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਇੱਕ ਚਰਚਾ ਕਰਦੇ ਹਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਦੇਸ਼ ਦੇ ਵਿੱਚ ਚੱਲ ਕੀ ਰਿਹਾ, ਸਰਕਾਰ ਕਿਸ ਕਾਰਗੁਜ਼ਾਰੀ ਦੇ ਤਹਿਤ ਆਪਣਾ ਕੰਮ ਕਰ ਰਹੀ ਹੈ ਤੇ ਵਿਰੋਧੀ ਧਿਰਾਂ ਵੱਲੋਂ ਕਿਸ ਤਰ੍ਹਾਂ ਦਾ ਰੋਲ ਅਭਾਇਆ ਜਾ ਰਿਹਾ, ਜਿਸ ਦੇ ਤਹਿਤ ਸੂਬੇ ਦੇ ਨਾਲ ਨਾਲ ਦੇਸ਼ ਦੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜੋ ਕੋਈ ਪਰੇਸ਼ਾਨੀ ਆਉਂਦੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਆਪਣੀ ਆਵਾਜ਼ ਬੁਲੰਦ ਕਰਕੇ ਸਰਕਾਰ ਦਾ ਜੋ ਰੁੱਖ ਹੈ ਉਸਨੂੰ ਨਰਮ ਕਰ ਸਕਣ, ਅਤੇ ਜੇਕਰ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਵਿਰੋਧੀ ਧਿਰਾਂ ਵੱਲੋਂ ਉਸ ਭੂਮਿਕਾ ਦੀ ਤਹਿਤ ਆਪਣੀ ਗੱਲ ਰੱਖੀ ਜਾਵੇ, ਜਿਸ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਖਾਸ ਕਰਕੇ ਮੁੱਦਿਆਂ ਦੀ ਲੈ ਕੇ। ਪੰਜਾਬ ਦਾ ਅੱਜ ਦਾ ਮੁੱਦਾ ਲਾਅ ਐਂਡ ਆਰਡਰ ਬਣਿਆ ਹੋਇਆ, ਜਿਸ ਦੇ ਤਹਿਤ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਵੀ ਬੀਜੇਪੀ ਦਫ਼ਤਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਆਖਿਰ ਇੰਟੈਲੀਜੈਂਸਿਸ ਕਿੱਥੇ ਨੇ, ਇਹ ਕਿਹੜੇ ਵਿਅਕਤੀ ਨੇ, ਕਿਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਜਾਂਦਾ, ਇਹ ਸਾਰੀ ਵਿਚਾਰ ਚਰਚਾ ਕਰਾਂਗੇ, ਵੱਖੋ ਵੱਖ ਬੁਲਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਸਰਕਾਰਾਂ ਅਤੇ ਵਿਰੋਧੀ ਧਿਰਾਂ ਦਾ ਕੀ ਰੋਲ ਹੈ, ਉਹ ਤੁਹਾਨੂੰ ਬਿਲਕੁਲ ਵਿਖਾ ਪਤਾ। ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਵੱਖੋ ਵੱਖ ਬੁਲਾਰੇ ਜੁੜੇ ਨੇ, ਮਠਾੜੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ, ਸੁਰਿੰਦਰ ਕਮਲ ਜੀ BJP ਤੋਂ, ਬਿਕਰਮਜੀਤ ਸਿੰਘ ਕਾਂਗਰਸ ਤੋਂ, ਅਤੇ ਸਾਡੇ ਸਪੈਸ਼ਲਿਸਟ ਮੁਹੰਮਦ ਖਾਲਿਦ ਜੀ ਜੋ ਇੱਕ ਪੋਲੀਟੀਕਲ ਐਕਸਪਰਟ ਨੇ, ਜਿਨ੍ਹਾਂ ਨੂੰ ਵੱਡਾ ਲਹਿਜ਼ਾ ਹੈ, ਵੱਡਾ ਤਜਰਬਾ ਹੈ, ਉਹਨਾਂ ਨਾਲ ਵੀ ਅੱਜ ਗੱਲ ਕਰਾਂਗੇ, ਉਹ ਵੀ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾ ਸਵਾਲ ਮੈਂ ਮੁਹੰਮਦ ਖਾਲਿਦ ਜੀ ਤੁਹਾਡੇ ਤੋਂ ਹੀ ਲੈਣਾ ਚਾਹੁੰਦਾ ਹੈ ਕਿ ਦੇਸ਼ ਦੇ ਹਾਲਾਤ ਦੇ ਨਾਲ ਨਾਲ ਪੰਜਾਬ ਦਾ ਜੋ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਹੈ, ਸਕਾਲ ਦੇ ਉੱਤੇ ਸਵਾਲ ਉੱਠਦੇ ਨੇ, ਅਤੇ ਅੱਜ BJP ਦਫ਼ਤਰ ਨੂੰ ਉਡਾਉਣ ਦੀ ਵੀ ਧਮਕੀ ਦੇ ਦਿੱਤੀ ਗਈ ਹੈ, ਕਿਵੇਂ ਵੇਖਦੇ ਹੋ? ਤੁਹਾਡਾ ਵੱਡਾ ਲਹਿਜ਼ਾ ਹੈ, ਵੱਡਾ ਅਰਸਾ ਰਿਹਾ, ਤੁਸੀਂ ਬਹੁਤ ਸਰਕਾਰਾਂ ਨੂੰ ਬਹੁਤ ਨੇੜਿਓਂ ਵੇਖਿਆ, ਕੀ ਹੋ ਰਿਹਾ? ਆਖਿਰ ਇਹ ਰਾਜਨੀਤਿਕ ਤੌਰ 'ਤੇ ਕੁਝ ਨਾ ਕੁਝ ਕੀਤਾ ਜਾ ਰਿਹਾ, ਜਾਂ ਕਿਤੇ ਨਾ ਕਿਤੇ ਕੁਝ ਇੱਦਾਂ ਦੇ ਪਲੇਟਫਾਰਮ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੂਬੇ ਦੀ, ਰਾਜ ਦੀ, ਦੇਸ਼ ਦੀ ਜੋ ਪ੍ਰਭੂਸੱਤਾ ਹੈ, ਜੋ ਏਕਤਾ ਅਖੰਡਤਾ ਹੈ, ਉਹਨੂੰ ਵਿਗਾੜਨ ਦਾ ਕੋਈ ਨਾ ਕੋਈ ਕੰਮ ਕੀਤਾ ਜਾ ਰਿਹਾ? ਜੀ ਖਾਲਿਦ ਸਾਹਿਬ, ਦੇਖੋ ਇੱਦਾਂ ਹੈਗਾ ਕਿ ਪਿਛਲੇ ਕੁਛ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੁਛ ਵਾਰਦਾਤਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਨ੍ਹਾਂ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਨੂੰ ਮਜਬੂਰ ਕੀਤਾ, ਜਿਵੇਂ ਕਿ ਮੋਹਾਲੀ ਦੇ ਵਿੱਚ ਅਟੈਕ ਹੋਇਆ, ਤੁਹਾਨੂੰ ਪਤਾ ਹੈ, ਇੰਟੈਲੀਜੈਂਸ ਆਫਿਸ ਦੇ ਉੱਪਰ, ਆਪਣੇ ਇਹਦੇ ਵਿੱਚ ਪਟਿਆਲੇ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਰੀਸੈਂਟ ਜਿਹੜਾ ਹੈਗਾ ਗਾਇਕਾਰ ਮੂਸੇਵਾਲੇ ਦਾ ਕਤਲ ਹੈ, ਜਾਂ ਤੁਸੀਂ ਦੇਖੋ ਵੀ ਕੰਡਕਟਰ ਦੇ ਕੋਲੋਂ ਪੈਸੇ ਕੌਣ ਵਾਲਾ ਮਸਲਾ ਜਿਹੜਾ ਕੱਲ ਪਰਸੋਂ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਡੈਫੀਨੇਟਲੀ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਦੇਖੀਏ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਨਵੀਂ ਸਰਕਾਰ ਬਣੀ ਹੈ, ਕਿਆ ਨਵੀਂ ਸਰਕਾਰ ਜਾਂ ਉਹਦੇ ਜਿਹੜੇ ਅਪੁਆਇੰਟਡ ਨਵੇਂ ਅਪੁਆਇੰਟਡ DGP ਜਾਂ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਕੋਲ ਇੰਨਾ ਜਾਂ ਤਾਂ ਤਜਰਬਾ ਨਹੀਂ ਹੈ ਜਾਂ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੈ ਕਿ ਉਹ ਜਿਹੜਾ ਹੈਗਾ ਪੂਰੇ ਤਰੀਕੇ ਦੇ ਨਾਲ ਸਿਚੁਏਸ਼ਨ ਨੂੰ ਨਾ ਅਸੈਸ ਕਰ ਪਾ ਰਹੇ ਹਾਂ ਨਾ ਸੰਭਾਲ ਪਾ ਰਹੇ ਹਾਂ। ਇਸ ਦੇ ਨਾਲ ਹੀ ਇਹ ਵੀ ਹੈ ਕਿ ਦੇਸ਼ ਦੀ ਜਿੱਥੇ ਤੱਕ ਏਕਤਾ ਤੇ ਅਖੰਡਤਾ ਦਾ ਸਵਾਲ ਹੈ, ਉਹਦੇ ਵਿੱਚ ਹਰ ਵਿਅਕਤੀ ਜਿਹੜਾ ਦੇਸ਼ ਦੇ ਵਿੱਚ ਰਹਿੰਦਾ ਹੈ ਉਹਨਾਂ ਤਾਂ ਇੱਕ ਮੁੱਠ ਹੈਗਾ ਹੀ। ਇਸ ਦੇ ਬਾਵਜੂਦ ਅਗਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਕੋਈ ਪੋਲੀਟੀਕਲ ਸਾਜ਼ਿਸ਼ ਨਜ਼ਰ ਆਉਂਦੀ ਹੈ, ਜਿਹੜੀ ਕਿ ਕਈ ਵਾਰ ਹੁੰਦੀ ਹੈ, ਤਾਂ ਉਹਦੇ ਬਾਰੇ ਜਿਹੜੀਆਂ ਏਜੰਸੀਜ਼ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਹੁਣ ਜਿੱਥੇ ਤੱਕ ਏਜੰਸੀਜ਼ ਦੀ ਗੱਲ ਹੈ, ਪੰਜਾਬ ਦੇ ਵਿੱਚ ਤੁਸੀਂ ਦੇਖੋ ਹਰ ਤਰ੍ਹਾਂ ਦੀ ਏਜੰਸੀ ਜਿਹੜੀ ਹੈਗੀ ਐਕਟਿਵ ਹੈ, ਚਾਹੇ ਉਹ ਤੁਹਾਡੀਆਂ ਪੁਲਿਸ ਫੋਰਸਿਸ ਹੋਣ, ITBP, CRPF, BSF, ਇਸ ਤੋਂ ਇਲਾਵਾ ਜਿਹੜੀਆਂ ਹੋਰ ਸੈਂਟਰਲ ਫੋਰਸਿਸ ਹੈ, ਔਰ 50 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਪੂਰੇ ਪੰਜਾਬ ਦਾ ਉਹ BSF ਦੇ ਅੰਡਰ ਹੈ। BSF ਉੱਥੇ ਉਹ ਕਰ ਸਕਦੀ ਹੈ ਜਿੱਥੇ ਡਰੱਗਸ ਵਗੈਰਾ ਦਾ ਸਵਾਲ ਹੈ। ਇਸੇ ਤਰੀਕੇ ਦੇ ਨਾਲ ਜਿਹੜੀਆਂ ਹੋਰ ਗੁਪਤਚਰ ਏਜੰਸੀਜ਼ ਹੈਗੀਆਂ, CID ਹੈ, IB ਹੈ, ਉਹ ਸਾਰੀਆਂ ਇਨਫੋਰਮੇਸ਼ਨ ਦਿੰਦੀਆਂ ਨਹੀਂ ਹੈ। ਇਸ ਦੇ ਬਾਵਜੂਦ ਇਹ ਕੁਛ ਹੋ ਰਿਹਾ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜਾਂ ਤਾਂ ਕੋਆਰਡੀਨੇਸ਼ਨ ਦੀ ਕਮੀ ਹੈ, ਜਾਂ ਪੋਲੀਟੀਕਲ ਵਿਲ ਦੀ ਕਮੀ ਹੈ, ਜਾਂ ਜਿਹੜਾ ਹੈਗਾ ਅਨੋਭੜਪਣ ਹੈ ਜਿਹਦੀ ਵਜ੍ਹਾ ਕਰਕੇ ਹੋ ਰਿਹਾ, ਔਰ ਇਹਨੂੰ ਗੰਭੀਰਤਾ ਦੇ ਨਾਲ ਸਰਕਾਰ ਨੂੰ ਲੈਣਾ ਚਾਹੀਦਾ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਅਗਰ ਪੋਲੀਟੀਕਲ ਪਾਰਟੀਜ਼ ਨੇ ਰਾਜਨੀਤੀ ਕਰਨੀ ਵੀ ਹੈ ਤਾਂ ਰਾਜਨੀਤੀ ਜਿਹੜੀ ਹੈਗੀ ਹੈ ਜਿੰਨੇ ਸੂਖਮ ਤੇ ਜਿੰਨੇ ਪੀਸਫੁਲ ਮਾਹੌਲ ਦੇ ਵਿੱਚ ਵਧੀਆ ਹੋ ਸਕਦੀ ਹੈ, ਵਾਇਲੈਂਸ ਦੇ ਵਿੱਚ ਨਹੀਂ ਹੋ ਸਕਦੀ। ਜਿੰਨਾ ਜ਼ਿਆਦਾ ਵਾਇਲੈਂਟ ਹੋਏਗਾ ਉਨੀ ਹੀ ਰਾਜਨੀਤੀ ਵੀ ਗੰਧਲੀ ਹੋਏਗੀ, ਔਰ ਇਹਦਾ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਖਿਆਲ ਰੱਖਣਾ ਚਾਹੀਦਾ। ਔਰ ਪੰਜਾਬ ਜਿਸ ਸਿਚੁਏਸ਼ਨ ਦੇ ਵਿੱਚੋਂ ਆਪਾਂ ਪਹਿਲਾਂ ਲੰਘੇ ਹਾਂ 10 ਸਾਲ, ਉਹ ਸਿਚੁਏਸ਼ਨ ਦੁਬਾਰਾ ਪੈਦਾ ਨਾ ਹੋਵੇ,
क्योंकि विरोधी या विदिन द कंट्री आउटसाइड द कंट्री वो हमेशा एक्टिव रहेंगे, जहां साड़ी विजिलेंस घटूगी उन्नी ज्यादा वो एक्टिवेट अपने आप नू करेंगे। ये सारियां चीजों का ध्यान जिहड़ा हैगा रखना चाहिए सरकार। पर खालिद साहब सवाल यह उठता है, तुसी जिस तरह कह रहे हो कि सरकार दे विच कितने ना कितने एक्सपीरियंस की कमी हो सकती है, सरकारां तां ब्यूरोक्रेट्स चलाउंदे ने, ये तो पहलां तो ही स्पष्ट है कि ब्यूरोक्रेट्स ही गाइड करते हैं कितने की करना है। ठीक है, सरकारां पॉलिसियां लैके आउंदियां ने, परंतु ब्यूरोक्रेट्स का तो जो काम है वह तो शुरू तो ही चलिया होया, उन्हां नूं तां किसी हर तरीके की गाइडेंस है, उन्होंने किसी तरह का भी कोई लाभ मुनाफा हानि सारी चीज़ का पता है, एजेंसियां का देखो जो काम है वह कितना कितने सवालों के तो है ही है। एक होंगी है पोलिटिकल विल, पोलिटिकल विल है काम करना है। जिवें कि आप दो तीन बार देखा है कि जी तुसी ड्रग माफिया खत्म करना है, एक एक्सक्लूसिव ऑर्डर तुसी देते वगैरह। दूसरा हैगा जिहड़ियां तुसी पोस्टिंग्स करते हो, किस व्यक्ति नु किथे पोस्ट करना है, केड़ा किथे बेस्ट है, क्या जिहड़ा बंदा जिहड़ा हैगा ओह फील्ड दे विच एक्टिव होवे ओनू लिया के तुसी जिहड़ा हैगा ਇਹਦੇ ਵਿੱਚ ਲਾ ਦਿਓ, ਪ੍ਰਿਜ਼ਨਸ ਦੇ ਵਿੱਚ ਜੇਲ੍ਹਾਂ ਦਾ ਦਰੋਗਾ ਲਾ ਦਿਓ। ਉਹ ਚੀਜ਼ਾਂ ਪੋਸਟਿੰਗ ਟ੍ਰਾਂਸਫਰਸ ਔਰ ਪਾਰਟਿਕੂਲਰ ਬੰਦਾ ਪਾਰਟਿਕੂਲਰ ਜਗ੍ਹਾ ਤੇ ਹੋਵੇ, ਅਪਰੋਪਰੀਏਟ ਜਗ੍ਹਾ ਤੇ ਹੋਵੇ, ਇਹ ਬੜਾ ਇੰਪੋਰਟੈਂਟ ਹੁੰਦਾ ਹੈ। ਕਰਨਾ ਕੰਮ ਉਹਨਾਂ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਸਾਰੇ ਆਈਪੀਐਸ ਆਫਿਸਰਸ ਹੀ ਹੈ, ਲੇਕਿਨ ਕਿਸੇ ਦਾ ਤਜਰਬਾ ਦਫ਼ਤਰ ਦਾ ਜ਼ਿਆਦਾ ਹੈ, ਕਿਸੇ ਦਾ ਫੀਲਡ ਦਾ ਜ਼ਿਆਦਾ ਹੈ, ਕਿਸੇ ਦਾ ਇੰਟੈਲੀਜੈਂਸ ਦਾ ਜ਼ਿਆਦਾ ਹੈ। ਇਹ ਸਰਕਾਰ ਨੂੰ ਧਿਆਨ ਰੱਖਣਾ ਪਏਗਾ, ਉਹਦੇ ਮੁਤਾਬਕ ਕੰਮ ਲੈਣਾ ਪਏਗਾ, ਕਿਉਂਕਿ अगर ये सारा कुछ हो रहा है कितना कितने कमी तो है ही। वो कमी जड़ी है क्या है, उन्हों तुसी आइडेंटिफाई करना है और उन्हों स्टैंप आउट करना जड़ा है सरकार का काम है। जी मठाड़ू साहब, थोड़ा पक्ष जानना चाहवागा, खालिक साहब ने तो सीधे तौर पर किया कितने कितने सरकारां ते सवाल उठता है। अज हरप्रीत सिद्धू वो वड़े आईपीएस ने जिन्हों का नाम सुर्खियों के रहा जदों नशे को लैके उन्होंने वालों एक रिपोर्ट साझी की जाती है, हालांकि कैप्टन सरकार के तौर पर उन्होंने कितने ना कितने नौकरे ला रखा गया सी, जो विरोधियों वालों थोड़ी सरकार वालों कितने ना कितने ये गल्लां पहला भी रखी गई सन, जदों तुसीं विरोधी धिर दे विच सन उदों भी रखी गई सन, आम आदमी पार्टी विरोधी धिर दे विच सी उदों भी रखी गई सन। किवें वेखदे हो कि पंजाब दे विच लॉ एंड ऑर्डर की स्थिति की है तो इहदा हल की है? मठाड़ू साहब चरणजीत जी, एक क्वेश्चन तुसी बहुत वधिया अज रेज कीता, चाहे वह खालिद साहब नूं कीता, पर वह क्वेश्चन बहुत वधिया सी कि जिहड़ा सिस्टम है पंजाब दा, लगा लो यह भी ब्यूरोक्रेसी ने चलाउणा हुंदा। आपां बिल्कुल तुहाडी गल जाए जाए ब्यूरोक्रेसी नूं, पर जिहड़ी वह ब्यूरोक्रेसी है सरकार दा उस नाल तालमेल होना भी जरूरी आ। जिहड़ी इह सरकार है इह बिल्कुल, मैं हमेशा हर एक चैनल ते कहना कि इह अनएक्सपीरियंसड लोग ने, इहनां नूं धक्के दा नहीं पता भी सरकार की हुंदी है, एक एमएलए दी की पोस्ट हुंदी है, एक मिनिस्टर दी की पोस्ट हुंदी है, ते एक मुख्यमंत्री दा की रुतबा हुंदा। इन्हां नूं किसे नूं कुछ नहीं पता। जिस दिन सरकार बनी, सरकार बनदिआं इन्हां ने सब तो पहला सवाल खड़ा कीता ब्यूरोक्रेसी ते। इन्हां ने एक गल की, कहिंदे सारा सिस्टम करप्ट है, सारा सिस्टम टोटली 100% कहिंदे करप्ट ऑफिसर ने। कोई इन्हां दा एमएलए जाके किसे ऑफिसर की कुर्सी से बह गया, कोई डॉक्टर की कुर्सी से बह गया, कोई हेडमास्टर की कुर्सी से बह गया, कोई किसी डिपार्टमेंट के हायर अथॉरिटी की कुर्सी से बैठ गया। तुसी एक गल देखो, इन्हां दे एमएलए किस तरह बिहेव कर रहे ने ब्यूरोक्रेसी नाल, ऑफिसरां दे नाल और अपने पुलिस डिपार्टमेंट दे नाल, उन्हां नूं करप्ट कह के, उन्हां नूं बदनाम करके, बल्कि इन्हां ने तो पूरा पंजाब बदनाम किया। फिर सिस्टम किवें चलूगा? अगर ब्यूरोक्रेसी ने सिस्टम चलाना, ब्यूरोक्रेसी नूं तुसीं करप्ट कह रहे हो, उन्हां ते एलीगेशन लगा रहे हो, सुधारन दी जगह तुसीं पंजाब नूं बदनाम कर रहे हो, पंजाब दी ब्यूरोक्रेसी, फिर सिस्टम किस तरह चलूगा? देखो, जदों जिस दिन दी इहनां दी सरकार बणी आ, सरकार तां बणाई सी इहनां ने गरंटियां कह के। मैं हमेशा क्या करदा सी कि गरंटियां गरुंटियां जिहड़ियां विच रह जांदियां, वादे वगैरह विच रह जांदे हुंदे आ। पंजाब एक इमोशनल स्टेट है, असीं शुरू तों कहिंदे आ रहे हैं, सरदार प्रकाश सिंह बादल जी इक गल कहा करदे आ कि सूबा वह तरक्की करता जिथे भाईचारक सांझ रहेगी, जिथे भाईचारक सांझ रहेगी उत्थे शांति रहेगी, और जिथे शांति रहेगी उत्थे डिवेलपमेंट होगी, उत्थे तरक्की होगी, उत्थे गरंटियां भी पूरी होंदियां, उत्थे वादे भी पूरे होंदे, उत्थे मैनीफेस्टो भी लागू होंदा। इन्हां ने आउण सार जिहड़ा पंजाब आ उह डीस्टेबल कर दिता है, पंजाब दे विच अराजकता फैला दित्ती है। कोई इन्हां दा सिस्टम नहीं है, कोई इन्हां दी आईबी नहीं काम कर रही, इंटेलीजेंस ब्यूरो दे उपर तां आप बंब दा हमला, बंब सुट्टदा रॉकेट दागदा किसे ने, वो भी आपां देखिया, हाले तक उहदा नहीं पता लग्या। उस तो पहला जिहड़ा अपना किन्ने मर्डर हो चुके ने तुसीं देखिया होगा, हुण सिद्धू मूसेवाला साडे मानसा तो है, उहदा किस तरह इन्हां ने सिक्योरिटी विड्रा की,
ਜਦੋਂ ਕਿ ਪਿਛਲੇ ਜਿਹੜੇ ਗ੍ਰਹਿ ਮੰਤਰੀ ਆ ਰੰਧਾਵਾ ਸਾਹਿਬ, ਉਹਨਾਂ ਨੇ ਕਿਹਾ ਕਿ ਮੇਰੇ ਕੋਲ ਰੋ ਰੋ ਜਿਹੜੀ ਆਪਣੀ ਸਭ ਤੋਂ ਇੰਟਰਨੈਸ਼ਨਲ ਏਜੰਸੀ ਹੈ, ਉਹਨੇ ਦੱਸਣਾ ਹੁੰਦਾ ਕਿ ਪੰਜਾਬ ਕਿਸੇ ਵੀ ਸਟੇਟ ਦੇ ਵਿੱਚ ਜਾਂ ਨੈਸ਼ਨ ਦੇ ਵਿੱਚ ਕਿਹੜੇ ਬੰਦੇ ਨੂੰ ਬਾਹਰਲੀ ਏਜੰਸੀਆਂ ਤੋਂ ਕਿਸ ਤਰ੍ਹਾਂ ਦਾ ਖਤਰਾ ਹੈ। ਇੰਨੀ ਵੱਡੀ ਏਜੰਸੀ ਦਾ ਲੈਟਰ ਆਇਆ ਹੋਵੇ, ਹੁਣ ਜੇ ਅਗਰ ਕਾਂਗਰਸ ਦੀ ਸਰਕਾਰ ਚਲੀ ਗਈ ਹੈ, ਉਹ ਲੈਟਰ ਤਾਂ ਨਹੀਂ ਰਾਵ ਵਾਲਾ ਨਾਲ ਚੁੱਕ ਕੇ ਲੈ ਗਏ, ਉਹਦਾ ਔਨ ਰਿਕਾਰਡ ਗੱਲ ਹੈਗੀ ਹੈ। ਇਹਨਾਂ ਜੀ ਨੇ ਆਉਂਦੇ ਹੀ ਸਿਰਫ ਬਦਲਾ ਲੈਣ ਦੀ ਨੀਤੀ ਨਾਲ, ਵੈਂਡੇਟਾ ਪੋਲਿਟਿਕਸ ਦੇ ਨਾਲ, ਇਹਨਾਂ ਨੇ ਸਿਰਫ ਇੱਕ ਅੱਖ ਨਾਲ ਦੇਖਿਆ ਕਿ ਇਹ ਬੰਦੇ ਨੇ ਕਾਂਗਰਸ, ਚਾਹੇ ਸਾਡਾ ਵਿਰੋਧੀ ਆ, ਕਾਂਗਰਸ ਤੋਂ ਚੋਣ ਲੜੀ ਆ, ਇਹਨਾਂ ਨੇ ਇਹ ਦੇਖ ਲਿਆ। ਪਰ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਉਹ ਇੱਕ ਸੈਲੀਬ੍ਰਿਟੀ ਆ, ਇੱਕ ਪੂਰੇ ਵਰਲਡ ਫੇਮਸ ਜਿਹੜਾ ਚਿਹਰਾ ਹੈਗਾ, ਉਸ ਬੰਦੇ ਨੇ ਪੰਜਾਬ ਦਾ ਨਾਮ, ਮਾਨਸਾ ਦਾ ਨਾਮ, ਇੰਡੀਆ ਦਾ ਨਾਮ ਪੂਰੇ ਵਰਲਡ ਦੇ ਨਕਸ਼ੇ ਤੇ ਚਮਕਾਇਆ। ਉਹਦੀ ਸਿਕਿਉਰਿਟੀ ਤੁਸੀਂ ਇੱਕ ਵੈਂਡੇਟਾ ਪੋਲਿਟਿਕਸ ਦੇ ਤਹਿਤ ਵਾਪਸ ਲੈਣੇ ਹੋ, ਔਰ ਫਿਰ ਢੋਲ ਵਜਾਉਂਦੇ ਹੋ, ਢੋਲ ਵਜਾ ਕੇ ਦੱਸਦੇ ਹੋ ਆਪਣੇ ਡਾਕੂਮੈਂਟ, ਸੀਕ੍ਰੇਟ ਡਾਕੂਮੈਂਟ ਜਿਹੜੇ ਰਿਗਾਰਡਿੰਗ ਦਾ ਸਿਕਿਉਰਿਟੀ ਹੁੰਦੇ ਆ, ਉਹਨਾਂ ਨੂੰ ਤੁਸੀਂ ਮੀਡੀਆ ਦੇ ਵਿੱਚ ਨਸ਼ਰ ਕਰਦੇ ਹੋ, ਔਰ ਮੀਡੀਆ ਨਿਊਜ਼ ਚੈਨਲਾਂ ਦੇ ਉੱਪਰ ਚਲਾਉਂਦਾ ਤਾਂ ਕਿ ਉਹ ਬੰਦਿਆਂ ਨੂੰ ਮੌਕਾ ਮਿਲ ਸਕੇ ਦੁਸ਼ਮਣੀ ਦਾ। ਉਹਨਾਂ ਨੇ ਤਾਂ ਆਪਣੀ ਦੁਸ਼ਮਣੀ ਨਿਭਾਉਣੀ ਆ ਚਰਨਜੀਤ ਜੀ, ਜਿਹੜੇ ਬੰਦੇ ਦੀ ਦੁਸ਼ਮਣੀ ਉਹਨੇ ਤਾਂ ਨਿਭਾਉਣੀ ਆ, ਪਰ ਸਰਕਾਰ ਉਹਨਾਂ ਨੂੰ ਦੁਸ਼ਮਣੀ ਨਿਭਾਉਣ ਵਾਸਤੇ ਮੌਕਾ ਦੇ ਰਹੀ ਆ ਕਿ ਆਓ ਹੁਣ ਅਸੀਂ ਉਸ ਬੰਦੇ ਦੀ ਸਿਕਿਉਰਿਟੀ ਵਾਪਸ ਲੈ ਲਈ। ਔਰ ਇਹ ਗੱਲਾਂ ਸਾਹਮਣੇ ਆਈਆਂ, ਉਹਨਾਂ ਦੇ ਨਿਊਜ਼ ਚੈਨਲਾਂ ਦੇ ਉੱਪਰ ਦੱਸਿਆ, ਟਵੀਟ ਕਰਕੇ ਦੱਸਿਆ, ਪੋਸਟਾਂ ਪਾ ਕੇ ਦੱਸੀਆਂ ਕਿ ਅਸੀਂ ਇੱਕ ਦੋ ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ, ਉਦੋਂ ਸਿਕਿਉਰਿਟੀ ਤੋਂ ਡਰਦੇ ਹੋਏ ਅਸੀਂ ਹਮਲਾ ਨਹੀਂ ਕਰ ਸਕੇ, ਬਾਅਦ ਚ ਜਦੋਂ ਦਿਨ ਸਿਕਿਉਰਿਟੀ ਵਾਪਸ, ਨਾਲ ਦੀ ਨਾਲ ਦੂਸਰੇ ਦਿਨ ਹਮਲਾ ਹੋ ਗਿਆ। ਇਹ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ। ਔਰ ਸਿੱਧੂ ਮੂਸੇਵਾਲੇ ਤੋਂ ਬਾਅਦ ਵੀ ਚਰਨਜੀਤ ਜੀ, ਜਦੋਂ ਐਡੀ ਵੱਡੀ ਘਟਨਾ ਹੋ ਜੇ ਤਾਂ ਸਾਰਾ ਜਿਹੜਾ ਪੰਜਾਬ ਹੈ, ਪੰਜਾਬ ਦੀ ਪੁਲਿਸ ਹੈ, ਪੰਜਾਬ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ, ਅਲਰਟ ਹੋ ਜਾਂਦੀਆਂ। ਪੰਜ ਮਰਡਰ ਉਸ ਤੋਂ ਬਾਅਦ ਹੋਏ, ਉਸ ਤੋਂ ਬਾਅਦ ਵੀ ਪੰਜ ਮਰਡਰ ਹੋ ਚੁੱਕੇ ਨੇ। ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਿਲਕੁਲ ਬੇਕਾਬੂ ਹੋ ਚੁੱਕੀ ਹੈ। ਇੱਕ ਅਨਾੜੀ ਲੋਕਾਂ ਦੇ ਹੱਥ ਪੰਜਾਬ ਆ ਗਿਆ। ਬਹੁਤੀ ਗੱਲ ਤਾਂ ਦੂਰ, ਇਹਨਾਂ ਦੇ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ, ਇਹਨਾਂ ਦਾ ਕੋਈ ਵੀ ਐਮਐਲਏ 92 ਦੇ ਵਿੱਚੋਂ ਐਮਐਲਏ, ਕੋਈ ਵੀ ਐਮਐਲਏ ਸਿੱਧੂ ਮੂਸੇਵਾਲਾ ਦੇ ਸੰਸਕਾਰ ਤੇ ਨਹੀਂ ਪਹੁੰਚਿਆ, ਕਿਸੇ ਨੇ ਦੁੱਖ ਸਾਰਿਆਂ ਨੇ ਕੀਤਾ। ਕੱਲ ਅੱਜ ਦੀ ਗੱਲ ਤੁਹਾਨੂੰ ਦੱਸਦਾ, ਜਦ ਇੱਥੇ ਮਾਨਸਾ ਦੇ ਵਿੱਚ ਮੈਂ ਵੀ ਗਿਆ ਸੀ, ਉੱਥੇ 3000 ਬੰਦੇ ਦੀ ਸਿਕਿਉਰਿਟੀ ਲਗਾਈ ਪਹਿਲਾਂ, ਸਾਰੇ ਪਿੰਡ ਨੂੰ ਬੰਦੀ ਬਣਾ ਕੇ, ਘੇਰਾਬੰਦੀ ਕਰਕੇ, ਉਸ ਤੋਂ ਬਾਅਦ ਰੱਸੇ ਲਗਾ ਕੇ ਸੀਐਮ ਸਾਹਿਬ ਫੇਰ ਆਏ, ਔਰ ਉਹਦੇ ਉੱਪਰ 8 ਆਫੀਸਰ ਉਹਨਾਂ ਦੇ ਫਾਦਰ ਦੇ ਹਿਸਾਬ ਦੇ ਉੱਤੇ, ਜਿਨ੍ਹਾਂ ਨੂੰ ਕੋਈ ਸੁਰਤ ਨਹੀਂ ਆ, ਜਿਨ੍ਹਾਂ ਨੂੰ ਕੁਝ ਵਿਚਾਰਿਆਂ ਨੂੰ ਹੋਸ਼ ਨਹੀਂ ਆ, ਦੁੱਖ ਸਦਮੇ ਦੇ ਵਿੱਚ ਹੈ, 8 ਆਫੀਸਰ, ਔਰ ਉਹਨਾਂ ਦੀ ਮਦਦ ਦੇ ਪਿੱਛੇ ਲੇਡੀ ਪੁਲਿਸ ਲਗਾ ਕੇ, ਲੇਡੀ ਆਫੀਸਰ ਲਗਾ ਕੇ ਫੇਰ ਉੱਥੇ ਉਹਨਾਂ ਨਾਲ ਮੁਲਾਕਾਤ ਕੀਤੀ। ਤੁਹਾਨੂੰ ਉੱਥੇ ਆਏ ਹੋ, ਤੁਸੀਂ ਦੁੱਖ ਸਾਂਝਾ ਕਰਨ, ਉਹਨਾਂ ਤੋਂ ਵਿਚਾਰਿਆਂ ਤੋਂ ਕਾਹਦਾ ਖਤਰਾ ਹੈ? ਉਹਨਾਂ ਦਾ ਤਾਂ ਪੁੱਤ ਮਰ ਗਿਆ, ਉਹ ਪਿੱਟ ਰਹੇ ਨੇ, ਇਨਸਾਫ਼ ਦੀ ਮੰਗ ਕਰ ਰਹੇ, ਇਨਸਾਫ਼ ਤੁਸੀਂ ਦੇ ਨਹੀਂ ਰਹੇ, ਉੱਪਰ ਉਹਨਾਂ ਨੂੰ ਬੰਦੀ ਬਣਾ ਕੇ ਉਹਨਾਂ ਦਾ ਤੁਸੀਂ ਪੁੱਛ ਗਿੱਛ ਕਰ ਰਹੇ ਹੋ। ਮੈਂ ਬੜਾ ਹੈਰਾਨ ਹੈ, ਉੱਪਰੋਂ ਇਹਨਾਂ ਦੇ ਇੱਕ ਐਮਐਲਏ ਸਾਹਿਬ, ਉਹ ਜਿਹੜੇ ਕਿੰਨਾ ਸੀਕ੍ਰੇਟ ਮਾਮਲਾ ਹੈਗਾ, ਅਗਰ ਇੰਨੇ ਵੱਡੇ ਹਾਈਲਾਈਟ ਕੇਸ ਦੇ ਵਿੱਚ ਗਵਾਹਾਂ ਦਾ ਅਸੀਂ ਭਾਵ ਵੀ ਨਹੀਂ ਕੱਢਦੇ। ਇਹਨਾਂ ਦਾ ਇੱਕ ਐਮਐਲਏ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਨਾਲ ਫੋਟੋਆਂ ਖਿੱਚ ਕੇ, ਗੱਲਾਂ ਬਾਤਾਂ ਕਰਕੇ ਉਹ ਮੀਡੀਆ ਦੇ ਉੱਪਰ ਵਾਇਰਲ ਕਰ ਰਿਹਾ, ਉਹ ਦੱਸ ਰਹੇ ਨੇ, ਉਹ ਵੀ ਆਪਣੀ ਕਹਾਣੀ ਸੁਣਾ ਰਹੇ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ। ਉਹਨਾਂ ਨੂੰ ਵੀ ਅਨਸੇਫ ਕਰ ਦਿੱਤਾ ਇਹਨਾਂ ਨੇ, ਗਵਾਹ ਨੂੰ ਵੀ, ਗਵਾਹਾਂ ਦੇ ਉੱਪਰ ਵੀ ਜਿਹੜੀ ਹੈਗੀ ਹੈ ਮੌਤ ਦਾ ਜਿਹੜਾ ਖੰਡਰ ਹੈ, ਉਹ ਚ ਮੌਤ ਦਾ ਮੰਡਰ ਹੈ ਜਿਹੜਾ, ਉਹ ਇਹਨਾਂ ਨੇ ਕਰ ਦਿੱਤਾ ਵੀ ਗਵਾਹ ਜਿਹੜੇ ਉਹ ਵੀ ਨਾ, ਕੇਸ ਨੂੰ ਵੀਕ ਕਰਨ ਤੇ ਲੱਗੇ ਹੋਏ ਨੇ। ਸੋ ਇਹ ਲੋਕ ਹੈ ਜਿਹੜੇ, ਇਹ ਬਿਲਕੁਲ ਤਜਰਬਾ ਨਹੀਂ ਇਹਨਾਂ ਨੂੰ, ਬਿਲਕੁਲ ਇਹਨਾਂ ਨੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰ ਦਿੱਤਾ ਹੈ। ਇਹੋ ਜੀ ਸਰਕਾਰ ਹੈ ਜਿਹੜੀ ਪਹਿਲੀ ਵਾਰੀ ਇਹੋ ਜੀ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਜਿਨ੍ਹਾਂ ਨੇ ਪੰਜਾਬ ਦਾ ਇਸ ਤਰ੍ਹਾਂ ਮਾਹੌਲ ਖਰਾਬ ਕੀਤਾ ਹੋਇਆ। ਸੁਰਿੰਦਰ ਕਮਲ ਜੀ, ਤੁਹਾਡਾ ਪੱਖ ਜਾਨਣਾ ਚਾਹਾਂਗਾ। ਮਠਾੜੂ ਸਾਹਿਬ ਵੱਲੋਂ ਤਾਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਤੇ ਨਾ ਕਿਤੇ ਅਨਾੜੀ ਲੋਕਾਂ ਦੇ ਹੱਥ ਦੇ ਵਿੱਚ ਚਾਬੀ ਆ ਚੁੱਕੀ ਹੈ, ਹੁਣ ਜਿੰਦਾ ਕਦੋਂ ਖੁੱਲਦਾ ਹੈ ਉਹ ਸਮਾਂ ਹੀ ਦੱਸੇਗਾ, ਪਰੰਤੂ ਕਿਤੇ ਨਾ ਕਿਤੇ ਪੰਜਾਬ ਦੀ ਜੋ ਸੱਤਾ ਹੈ ਇਸ ਸਮੇਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਤੇ ਦੂਜਾ ਨੰਬਰ ਹੁਣ ਚੰਡੀਗੜ੍ਹ ਦਾ ਵੀ ਕਿਤੇ ਨਾ ਕਿਤੇ ਲੱਗਦਾ ਦਿਖਾਈ ਦੇ ਰਿਹਾ ਹੈ, ਸਵਾਲ ਉੱਠਦੇ ਦਿਖਾਈ ਦੇ ਰਹੇ ਨੇ ਕਿ ਚੰਡੀਗੜ੍ਹ ਦੇ ਜੋ ਬੀਜੇਪੀ ਆਫਿਸ ਹੈ ਉਸ ਨੂੰ ਵੀ ਬੰਬ ਨੂੰ ਉਡਾਉਣ ਦੀ ਗੱਲ ਕੀਤੀ ਗਈ ਹੈ। ਕੌਣ ਨੇ ਇਹ ਲੋਕ, ਕਿੱਥੇ ਨੇ ਸਾਡੀ ਏਜੰਸੀਆਂ, ਸੈਂਟਰਲ ਏਜੰਸੀਆਂ ਕਿੱਥੇ ਨੇ? ਕਿਉਂਕਿ ਚੰਡੀਗੜ੍ਹ ਦਾ ਜੋ ਸਾਰਾ ਸਿਸਟਮ ਹੈ, ਤਾਣਾ ਬਾਣਾ ਹੈ, ਉਹ ਸੈਂਟਰ ਦੇ ਅੰਡਰ ਹੈ, ਯੂਟੀ ਦੇ ਅੰਡਰ ਹੈ। ਕਿਉਂ ਏਜੰਸੀਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ, ਜਾਂ ਕਿਤੇ ਨਾ ਕਿਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਕਾਲਾ ਹੈ, ਜਾਂ ਬਿਊਰੋਕਰੇਟਸ ਪਿੱਛੇ ਨੇ, ਜਾਂ ਸਿਰਫ ਤੇ ਸਿਰਫ ਕੋਈ ਸੱਤਾ ਰਾਜਨੀਤਿਕ ਤੌਰ ਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ? ਕਮਲ ਜੀ, ਸੁਰਿੰਦਰ ਜੀ, ਤੁਹਾਡਾ ਆਵਾਜ਼ ਨਹੀਂ ਆ ਰਹੀ, ਤੁਸੀਂ ਅਨਮਿਊਟ ਕੀਤਾ ਹੋਇਆ ਸੀ ਜੀ। ਥੈਂਕ ਯੂ ਚਰਨਜੀਤ ਜੀ, ਕਿਉਂਕਿ ਬੜੇ ਦਿਨਾਂ ਤੋਂ ਇਹ ਦੁੱਖ ਭਰਿਆ ਮੰਜ਼ਰ ਜਿਹੜਾ ਵਾ ਉਸ ਨੂੰ ਡਿਸਕਸ਼ਨ ਚੱਲਦੀਆਂ ਪਈਆਂ ਨੇ, ਪਰ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੀ ਸੱਤਾਧਾਰੀ ਤੇ ਰਿਹਾ ਉਹ ਵਾਲਾ ਬੰਦਾ ਤਾਂ ਤੁਸੀਂ ਬਿਠਾਉਂਦੇ ਨਹੀਂ ਹੋ, ਹੈ ਨਾ? ਤਾਂ ਦੇਖੋ, ਅਸੀਂ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਆਉਣਾ ਜਾਂ ਨਾ ਆਉਣਾ, ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ, ਸਾਡੇ ਵੱਲੋਂ ਹਰ ਰੋਜ਼ ਕਾਲ ਦਿੱਤੀ ਜਾਂਦੀ ਹੈ। ਪਰ ਉਹ ਡਿਸਕਸ਼ਨ ਦਾ ਫਿਰ ਉਹ ਜਿਹੜਾ ਤੋਲ ਮੇਚ ਨਹੀਂ ਨਾ ਰਹਿ ਜਾਂਦਾ ਵੀ ਜਿਹੜੀ ਚੀਜ਼ ਅਸੀਂ ਆਪਾਂ ਉਹਨਾਂ ਨੂੰ ਦੱਸਣੀ ਆ ਕਿ ਵਾਟ ਆਰ ਦਾ ਪੁਆਇੰਟਸ ਜਿਹੜੀ ਉਹਨਾਂ ਨੇ ਕਨਵੇ
ਤਾਂ ਉਹ ਸਾਰੀਆਂ ਗੱਲਾਂ ਤਾਂ ਹੈਗੀਆਂ ਨੇ। ਦੇਖੋ ਹੁਣ ਜਿਵੇਂ ਬੀਜੇਪੀ ਆਫਿਸ ਉਡਾਉਣ ਦੀ ਪਹਿਲਾਂ ਇੰਟੈਲੀਜੈਂਸ ਆਫਿਸ ਦੇ ਉੱਤੇ ਹਮਲਾ ਹੁੰਦਾ ਵਾ, ਤੋ ਜਿਹੜਾ ਫੇਲੀਅਰ, ਦੇਖੋ ਜੇਕਰ ਚੰਡੀਗੜ੍ਹ ਯੂਟੀ ਹੋਣ ਦੇ ਨਾਤੇ ਪੂਰੀ ਦੀ ਪੂਰੀ ਜਿਹੜੀ ਫੋਰਸ ਆ, ਤਾਂ ਇਹਦਾ ਜਿਹੜਾ ਸਿਸਟਮ, ਜਿਹੜਾ ਜਦੋਂ ਅਸੀਂ ਇਹਨੂੰ ਪਿੱਛੇ ਨੂੰ ਝਾਤੀ ਮਾਰੀਏ, ਕਾਂਗਰਸ ਦੇ ਉੱਤੇ ਬੜਾ ਵੱਡਾ ਇਲਜ਼ਾਮ ਲੱਗਦਾ ਵਾ। ਅੱਜ ਤੁਸੀਂ ਦੇਖੋ ਪੜਾਣਾ ਦਿੱਲੀ ਗੈਂਗ, ਦਵਿੰਦਰ ਬੰਬੀਹਾ ਗਰੁੱਪ, ਭੂਪੀ ਰਾਣਾ ਗੈਂਗ, ਢਿੱਲੂ ਤਾਜਪੁਰੀਆ ਗੈਂਗ, ਕੌਸ਼ਲ ਗੁੜਗਾਵ ਗੈਂਗ, ਵਿੱਕੀ ਗੌਂਡਰ ਗੈਂਗ, ਨੀਰਜ ਭਵਾਨਾ ਗੈਂਗ, ਵਟ ਆਰ ਦੀਸ ਥਿੰਗਸ? ਇਹ ਕੌਣ ਲੋਕ ਨੇ ਜੀ? ਹੈ ਨਾ, ਰਾਤੋਂ ਰਾਤ ਇਹ ਰਾਤੋਂ ਰਾਤ ਦੀ ਪੈਦਾਇਸ਼ ਤਾਂ ਨਹੀਂ ਨੇ ਨਾ ਇਹ ਲੋਕ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇੰਨੇ ਵੱਡੇ ਥ੍ਰੈਟ ਪਰਸੈਪਸ਼ਨ, ਜਿਵੇਂ ਮਠਾਰੂ ਸਾਹਿਬ ਨੇ ਗੱਲ ਕੀਤੀ ਆ, ਮਠਾਰੂ ਸਾਹਿਬ ਨੇ ਇੱਕ ਗੱਲ ਕੀਤੀ ਆ, ਭਾਈਚਾਰਕ ਸਾਂਝ, ਸ਼ਾਂਤੀ, ਤਰੱਕੀ, ਬਾਦਲ ਸਾਹਿਬ ਦਾ ਜਿਹੜਾ ਸੀਗਾ ਉਹ ਇੱਕ ਮਤਲਬ ਉਹਨਾਂ ਦਾ ਇੱਕ ਫਾਰਮੂਲਾ ਸੀਗਾ ਆਪਣੇ ਸਟੇਟ ਦੇ ਪ੍ਰਤੀ। ਤੇ ਦੇਖੋ ਉਸ ਸਟੇਟ ਦੇ ਪ੍ਰਤੀ ਜਦੋਂ ਬੀਜੇਪੀ ਦੇ ਨਾਲ ਵੀ ਇਹਨਾਂ ਦਾ ਗੱਠਜੋੜ ਸੀਗਾ, ਤੇ ਬੀਜੇਪੀ ਉਹਨਾਂ ਹੀ ਭਾਵਨਾਤਮਕ ਚੀਜ਼ਾਂ ਦੇ ਉੱਤੇ ਪਹਿਰਾ ਦੇ ਕੇ ਕਦੇ ਵੀ ਉਹਨਾਂ ਨੇ ਅਕਾਲੀ ਦਲ ਦੇ ਰਾਜ ਦੇ ਵਿੱਚ ਇੰਟਰਫੇਰੈਂਸ ਨਾ ਸੀਗੀ ਕੀਤੀ। ਇਹ ਗੱਲ ਨੋਟ ਕਰਨ ਵਾਲੀ ਆ। ਤਾਂ ਜਦੋਂ ਕਾਂਗਰਸ ਆਉਂਦੀ ਆ ਸਰਕਾਰ ਦੇ ਵਿੱਚ, ਤਾਂ ਉਦੋਂ ਸਾਰਾ ਕੁਛ ਜਿਹੜਾ ਵਾ ਉਹ ਕਿਹੜੇ ਹਾਲਾਤਾਂ ਦੇ ਮੁਤਾਬਕ ਵਾਪਰਦਾ ਵਾ, ਤੇ ਅੱਜ ਇਹ ਲੋਕ ਜਿਹੜੇ ਨੇ ਸਰਕਾਰਾਂ ਨੂੰ ਚੁਣੌਤੀ ਦੇਣ ਵਾਸਤੇ ਉਹਨਾਂ ਨੇ ਇਹ ਸਾਰਾ ਕੁਝ ਦੱਸਿਆ ਵਾ, ਜਿਸ ਤਰ੍ਹਾਂ ਉਹਨਾਂ ਦੀਆਂ ਫੇਸਬੁੱਕ ਦੇ ਉੱਤੇ ਸਾਰਿਆਂ ਨੇ ਆਪੋ ਆਪਣਾ ਜਿਹੜਾ, ਕਿਉਂਕਿ ਹੁਣ ਸਿੱਧੂ ਮੂਸੇਵਾਲੇ ਦਾ ਬਦਲਾ ਲੈਣ ਦੀ ਜਿਹੜੀ ਰਣਨੀਤੀ ਤਿਆਰ ਹੋ ਰਹੀ ਆ ਇਹਨਾਂ ਗਰੁੱਪਸ ਦੇ ਵੱਲੋਂ, ਤੇ ਤੁਸੀਂ ਇਹ ਦੇਖੋ ਕਿ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ, ਸਭ ਤੋਂ ਪਹਿਲੀ ਗੱਲ ਤੇ ਇੱਕ ਬਾਹਰ ਜੋ ਹੋਣਾ ਵਾ, ਜਿਹੜੇ ਇਹ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੰਦ ਰਹੇ, ਉਹਨਾਂ ਗੈਂਗਸਟਰ ਦਾ ਜਿਹੜਾ ਜਿਹੜਾ ਰੱਖ ਰਖਾਵ ਆ, ਉਹਨਾਂ ਦੀ ਜਿਹੜੀ ਕਸਟਡੀ ਆ, ਜਿਹੜੇ ਉੱਥੇ ਮਤਲਬ ਆਫਿਸਰਸ ਲੱਗੇ ਹੋਏ ਨੇ, ਉਹਨਾਂ ਦੇ ਲਈ ਹੁਣ ਜ਼ਿਆਦਾ ਤਕਲੀਫ ਦੇ ਬਣ ਗਿਆ ਸਾਰਾ ਮੰਜ਼ਰ, ਕਿ ਜੇ ਕਿਤੇ ਜੇਲ੍ਹਾਂ ਦੇ ਅੰਦਰ ਗੈਂਗਵਾਰ ਸ਼ੁਰੂ ਹੋ ਗਈ ਤਾਂ ਉੱਥੇ ਉੱਥੇ ਸਾਡੇ ਕੋਲ ਸਪੇਸਿੰਗ ਕਿੰਨੀ ਕੁ ਆ। ਤੁਸੀਂ ਦੇਖੋ ਪੂਲਾ ਕਤਲਕਾਂਡ ਹੋਇਆ ਸੀ ਜੀ, ਤਾਂ ਉਦੋਂ ਕੀ ਵਾਪਰਦਾ ਵਾ ਜੇਲ੍ਹ ਦੇ ਵਿੱਚ? ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜੇਲ੍ਹ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਇਸ ਤਰ੍ਹਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਨੇ, ਜਿੱਥੇ ਸਪੇਸ ਘੱਟ ਹੁੰਦੀ ਆ ਔਰ ਜਿਹੜੀ ਬਦਲੇ ਦੀ ਅੱਗ ਆ, ਗੁੱਸੇ ਦੀ ਅੱਗ, ਉਹ ਏਡੀ ਵੱਡੀ ਭੜਕ ਰਹੀ ਆ ਹੁਣ ਇਸ ਸਮੇਂ। ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਜੇਲ੍ਹਾਂ ਦੇ ਅੰਦਰ ਨੇ ਉਹਨਾਂ ਨੂੰ ਬਚਾਉਣਾ ਵੀ ਉਤਨਾ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਵਾ ਜਿੰਨਾ ਕਿ ਜਿਹੜੀ ਜਨਤਾ ਬਾਹਰ ਤੁਰ ਫਿਰ ਰਹੀ ਆ। ਤੋ ਮਾਹੌਲ ਇਸ ਤਰ੍ਹਾਂ ਦਾ ਹੋ ਚੁੱਕਾ ਵਾ। ਜੇਕਰ ਅਸੀਂ ਬਿਊਰੋਕਰੇਟਸ ਦੀ ਗੱਲ ਕਰਦੇ ਹਾਂ ਤਾਂ ਡੈਮੋਕ੍ਰੇਸੀ ਜਿਹੜੀ ਆ ਉਹ ਬਿਊਰੋਕਰੇਟਸ ਤੇ ਪੋਲੀਟੀਸ਼ੀਅਨਸ ਦੇ ਆਪਸੀ ਸਹਿਯੋਗ ਦੇ ਨਾਲ ਚੱਲਣ ਵਾਲਾ ਇੱਕ ਤੰਤਰ ਆ, ਤਾਂ ਕਿੱਥੇ ਕਮੀ ਆ? ਜਿਸ ਤਰ੍ਹਾਂ ਮੁਹੰਮਦ ਖਾਲਿਦ ਜੀ ਨੇ ਆਪਣਾ ਜਿਹੜਾ ਉਹ ਦਿੱਤਾ ਕਮੈਂਟ, ਜਿਹੜੀ ਕਮੀ ਆ ਉਹ ਕਿੱਥੇ ਕਮੀ ਆ ਰਹੀ ਆ? ਕੀ ਡੈਮੋਕ੍ਰੇਸੀ ਜਿਹੜੀ ਆ ਉਹ ਇਸ ਸਰਕਾਰ ਦੇ ਵਿੱਚ ਲੂਜ਼ ਹੋ ਗਈ ਆ? ਕੀ ਉਹਨਾਂ ਨੂੰ ਵੇ ਆਊਟ ਨਹੀਂ ਪਤਾ ਲੱਗ ਰਹੇ? ਇੱਕ ਜਿਹੜੀ ਮੈਂ ਚੀਜ਼ ਇੱਥੇ ਨੁਕਸਾਨਦੇਹ ਸਰਕਾਰ ਦੇ ਲਈ ਮੰਨਦੀ ਆ, ਕਿਉਂਕਿ ਪੋਲੀਟੀਕਲ ਸਿਸਟਮ ਜਿਹੜਾ ਵਾ ਉਹ ਐਕਸਪੀਰੀਅੰਸ ਦਾ ਸਿਸਟਮ ਹੈ। ਮਤਲਬ ਵੈਨ ਐਵਰ ਯੂ ਗੋਟ ਲੋਟਸ ਆਫ ਐਕਸਪੀਰੀਅੰਸ ਦੈਨ ਯੂ ਕੈਨ ਇੰਪਲੀਮੈਂਟ ਦਾ ਪੋਲਿਸੀਜ਼ ਵੈਰੀ ਵੈਲ। ਲੇਕਿਨ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਆਪ ਸਰਕਾਰ ਦੇ ਵਿੱਚ 5 ਸਾਲਾਂ ਦਾ ਜਿੰਨਾ ਰਾਜਨੀਤਿਕ ਸਿਸਟਮ ਦੇ ਬੰਦਿਆਂ ਦਾ ਤਜਰਬਾ ਰਿਹਾ, ਜਿੱਦਾਂ 20 ਵਿਧਾਇਕ ਰਹੇ ਨੇ ਜਾਂ 18 ਵਿਧਾਇਕ ਰਹੇ ਨੇ, ਉਹ ਵਿਧਾਇਕਾਂ ਦਾ ਪਿਛਲਾ 5 ਸਾਲ ਦਾ ਸਰਕਾਰ ਦੇ ਵਿੱਚ ਕੰਮ ਕਰਨ ਦਾ ਤਜਰਬਾ ਰਿਹਾ ਵਾ। ਲੇਕਿਨ ਨਵੀਂ ਸਰਕਾਰ ਦੀ ਵਿਖਾਵੇ ਦੀ ਨੀਤੀ ਦੇ ਮੁਤਾਬਕ ਕਿ ਝੂਠ ਦੇ ਪਲੰਦੇ ਨੂੰ, ਜਾਂ ਫਿਰ ਇਹ ਕਹੀਏ ਕਿ ਪਪਟ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਪਪਟ ਹੀ ਹੋਣ, ਉਹ ਕੋਈ ਗੱਲ ਵੀ ਨਾ ਕਰਨ, ਜਿਹੜੇ 5 ਸਾਲ ਪਿਛਲੇ ਉਹਨਾਂ ਜਿਹੜੇ ਉਹ ਐਕਸਪੀਰੀਅੰਸਡ ਬੰਦੇ ਸੀਗੇ, ਚਾਹੇ ਉਹ 18ਵੇਂ ਬੰਦੇ ਸੀ, ਤੇ 18 ਦੇ ਨਾਲ ਨਵੇਂ 2-2 ਜੋੜੇ ਜਾਂਦੇ, ਤੇ 18-13 ਅਗਰ ਅਸੀਂ ਕਹੀਏ ਤੇ 54 ਲੋਕ ਐਕਸਪੀਰੀਅੰਸ ਹੋਲਡਰ ਬਣੇ ਸੀ, ਜੇਕਰ ਉਹ ਪੁਰਾਣੇ 18 ਨੂੰ ਚੰਗੇ ਅਹੁਦੇਦਾਰੀਆਂ ਦੇ ਵਿੱਚ ਦਿੰਦੇ ਤੇ ਮੰਤਰੀ ਮੰਡਲ ਨੂੰ ਚਲਾਉਣ ਦਾ ਉਹਨਾਂ ਦਾ ਤਜਰਬਾ ਜਿਹੜਾ ਸੀਗਾ ਉਹ ਪਿਛਲੇ 5 ਸਾਲ ਨੂੰ ਵੀ ਐਡ ਕਰਦੇ, ਤੇ ਸ਼ਾਇਦ ਜਿਹੜੀ ਅੱਜ ਦੀ ਸਥਿਤੀ ਆ ਉਹ ਇਹ ਆਪ ਦੀ ਨਵੀਂ ਸਰਕਾਰ ਨੂੰ ਨਾ ਸੀ ਭੁਗਤਣੀ ਪੈਣੀ। ਲੇਕਿਨ ਕਿਉਂਕਿ ਦੇਖੋ ਕਿਸੇ ਵੀ ਚੀਜ਼ ਦੇ ਡਰੋਬੈਕਸ ਤੇ ਹੁੰਦੇ ਹੀ ਆ ਨਾ, ਤੇ ਸਰਕਾਰਾਂ ਇੱਕ ਇਹੋ ਜਿਹੀ ਨੀਤੀ ਨਹੀਂ ਹੈਗੀਆਂ ਕਿ ਤੁਸੀਂ ਰਾਤ ਨੂੰ ਕੋਈ ਸੁਪਨਾ ਆਇਆ ਵਾ ਤਾਂ ਸਵੇਰੇ ਉਸਨੂੰ ਇੰਪਲੀਮੈਂਟ ਕਰ ਲਓ, ਸਵੇਰੇ ਉਸਨੂੰ ਇੰਪਲੀਮੈਂਟ ਕੀਤਾ ਵਾ ਤਾਂ ਦੇਖਿਆ ਕਿ ਨਹੀਂ ਇਹਦੇ ਵਿੱਚ ਡੂਜ਼ ਐਂਡ ਡੋਂਟਸ ਆ ਸੀਗੇ ਤੇ ਰਾਤ ਨੂੰ ਤੁਸੀਂ ਉਹ ਵਾਪਸ ਲੈ ਲਓ। ਤੋ ਦੀਸ ਆਰ ਅਨਪ੍ਰੋਫੈਸ਼ਨਲਿਜ਼ਮ ਦੀ ਜਿਹੜੀ ਖੇਡ ਖੇਡੀ ਜਾ ਰਹੀ ਆ, ਲੇਕਿਨ ਲੋਕਾਂ ਦੇ ਉੱਤੇ ਖੇਡੀ ਜਾ ਰਹੀ ਆ। ਦੇਖੋ ਵੋਟਰਾਂ ਦੇ ਉੱਤੇ ਅਗਰ ਇਹ ਅਨਪ੍ਰੋਫੈਸ਼ਨਲਿਜ਼ਮ ਦੀ ਖੇਡ ਖੇਡਣੀ ਆ ਤਾਂ ਜਿਹੜਾ ਪੰਜਾਬ ਹੈ ਇੱਕ ਪੋਲੀਟੀਕਲ ਐਕਸਪੀਰੀਅੰਸ ਲੈਣ ਦੇ ਲਈ ਗਰਾਊਂਡ ਤਾਂ ਨਹੀਂ ਆ ਨਾ ਕਿ ਤੁਸੀਂ ਆਓ ਤੁਹਾਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ, ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਖੇਡੋ ਤੇ ਤੁਸੀਂ ਸਰਕਾਰ ਚਲਾਉਣ ਦਾ ਅਨੁਭਵ ਲਵੋ। ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਇਸ ਚੀਜ਼ ਨੂੰ ਅਲਾਓ ਕਰਨਾ ਚਾਹੀਦਾ ਵਾ।
ਸੋ ਲਾ ਐਂਡ ਆਰਡਰ ਦੀ ਸਥਿਤੀ ਨੂੰ ਜਿਹੜਾ ਵਾ ਉਹ ਬਿਊਰੋਕਰੇਸੀ ਨੂੰ ਪੋਲੀਟੀਕਲ ਸਿਸਟਮ ਦੀ ਜਿਹੜੀ ਆ ਉਹ ਸਖਤੀ ਦੇ ਨਾਲ ਇੰਪਲੀਮੈਂਟ ਕਰਨ ਦੇ ਲਈ ਬਿਊਰੋਕਰੇਟਸ ਨੂੰ ਵੀ ਸਾਥ ਦੇਣਾ ਚਾਹੀਦਾ ਵਾ ਤੇ ਇਹੋ ਜੀ ਜਿਹੜੀਆਂ ਮੰਗ ਭਾਗੀਆਂ ਜਿਹੜੀਆਂ ਸਥਿਤੀਆਂ ਹੁਣ ਤੁਸੀਂ ਦੇਖੋ ਜਿਹੜੀ ਬੀਜੇਪੀ ਦੇ ਉੱਤੇ ਇਹ ਗੱਲ ਕਰਨ ਵਾਲੀ ਆ ਮੈਂ ਇੱਕ ਚੀਜ਼ ਦੱਸਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਦੇਖੋ ਜੇਕਰ ਸਾਡਾ ਰਾਸ਼ਟਰ ਨਹੀਂ ਬਚੇਗਾ ਹੁਣ ਇਸ ਸਮੇਂ ਮੋਦੀ ਸਰਕਾਰ ਦੇ ਵਿੱਚ ਜਾਂ ਇਹ ਕਹਿ ਲਈਏ ਕਿ ਜੇਕਰ ਅਸੀਂ ਸੈਂਟਰ ਦੀ ਸਥਿਤੀ ਦੀ ਪੋਲਿਟਿਕਸ ਦੇਖਦੇ ਹਾਂ ਤਾਂ ਉੱਥੇ ਕਿੱਥੇ ਵਿਰੋਧੀ ਧਿਰ ਰਹਿ ਜਾਂਦੀ ਹੈ ਤੁਹਾਨੂੰ ਪਤਾ ਕਾਂਗਰਸ ਦੇ ਮਿਸਟਰ ਰਾਹੁਲ ਜੀ ਅਗਰ ਅਸੀਂ ਕਹਿੰਦੇ ਹਾਂ ਕਿ ਹੀ ਇਜ਼ ਲੀਡਿੰਗ ਦਾ ਕਾਂਗਰਸ ਤਾਂ ਉਹਨਾਂ ਨੂੰ ਜੇਕਰ ਤੁਸੀਂ ਨੈਟ ਦੇ ਉੱਤੇ ਸਰਚ ਕਰੋ ਤੇ ਪੱਪੂ ਦੇ ਨਾਮ ਦੇ ਨਾਲ ਸੰਬੋਧਨ ਕੀਤਾ ਜਾਂਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਚੱਲਦੇ ਇੰਟਰਵਿਊ ਦੇ ਵਿੱਚ ਵੀ ਕਿ ਉਹਨਾਂ ਨੂੰ ਕਿਹੜੀ ਸਵਾਲ ਪੁੱਛਿਆ ਜਾ ਰਿਹਾ ਤੇ ਉਹਨਾਂ ਨੇ ਜਵਾਬ ਉਸ ਦਾ ਕੀ ਦੇਣਾ ਕਿ ਤੁਸੀਂ ਇਸ ਚੀਜ਼ ਨੂੰ ਇਹ ਮੰਨਦੇ ਹੋ ਕਿ ਪੋਲੀਟੀਕਲ ਸੈਗਮੈਂਟ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਅਨਟ੍ਰੇਨਡ ਬੰਦਾ ਜਿਹੜਾ ਵਾ ਉਹ ਵਿਰੋਧੀ ਧਿਰ ਦੇ ਵਿੱਚ ਖੜ ਕੇ ਤੇ ਉਹ ਦੇਸ਼ ਨੂੰ ਲੀਡ ਕਰੇਗਾ ਅੱਜ ਵਿਸ਼ਵੀਕਰਨ ਦੀ ਰਾਜਨੀਤੀ ਦੇ ਵਿੱਚ ਵੇਖਿਆ ਜਾਵੇ ਤਾਂ ਮੋਦੀ ਇਜ਼ ਦੈਟ ਪਰਸਨ ਜਿਹਦੇ ਸਿਰ ਦੇ ਉੱਤੇ ਭਾਰਤ ਦੀ ਮਰਿਆਦਾ ਖਲੋਤੀ ਹੋਈ ਆ ਵਿਸ਼ਵੀਕਰਨ ਦੇ ਵਿੱਚ ਕੋਈ ਵੀ ਅੱਜ ਮੋਦੀ ਦੇ ਲੈਵਲ ਦੇ ਵਿਰੋਧ ਦੇ ਵਿੱਚ ਜਾਂ ਮੋਦੀ ਸਾਹਿਬ ਦੇ ਆਪੋਜ਼ਿਟ ਜੇ ਅਸੀਂ ਕਹੀਏ ਕਿ ਕੋਈ ਬੰਦਾ ਵਿਰੋਧੀ ਧਿਰ ਦੀ ਸੱਤਾ ਨੂੰ ਸੰਭਾਲ ਕੇ ਕਿਤੇ ਦੇਸ਼ ਨੂੰ ਅੱਗੇ ਲੈ ਕੇ ਜਾਵੇਗਾ ਤਾਂ ਕੀ ਅਸੀਂ ਆਪਣੇ ਰਾਸ਼ਟਰ ਨੂੰ ਹੀ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਸੀਂ ਕਿਸ ਤਰ੍ਹਾਂ ਦੇ ਮਤਲਬ ਅਸੀਂ ਦੇਸ਼ ਪ੍ਰੇਮੀ ਹੈਗੇ ਆ ਇਹ ਤਾਂ ਸਾਰੇ ਦੇ ਸਾਰੇ ਜੇਕਰ ਅਸੀਂ ਕਹੀਏ ਕਿ ਆਪ ਦੀ ਸਰਕਾਰ ਹੁੰਦਿਆਂ ਦੇਖੋ ਇਸ ਤਰ੍ਹਾਂ ਦੀਆਂ ਥ੍ਰੈਟ ਪਰਸੈਪਸ਼ਨ ਮਿਲਦੀਆਂ ਨੇ ਕਿ ਬੀਜੇਪੀ ਦੇ ਉੱਤੇ ਹਮਲਾ ਹੁੰਦਾ ਵਾ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਰਾਸ਼ਟਰ ਨੂੰ ਖਤਮ ਕਰਨ ਦੀ ਖੁਦ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਭ ਤੋਂ ਵੱਡੇ ਦੇਸ਼ ਧਰੋਈ ਆ ਜੀ ਤੋ ਸਾਨੂੰ ਕਮ ਸੇ ਕਮ ਇਹ ਕਰਨਾ ਚਾਹੀਦਾ ਸਾਨੂੰ ਆਪਣੇ ਦੇਸ਼ ਦਾ ਸਤਿਕਾਰ ਕਰਨਾ ਚਾਹੀਦਾ ਵਾ ਤੁਸੀਂ ਦੇਖੋ ਆਸੇ ਪਾਸੇ ਦੇ ਮਾਹੌਲ ਦੇ ਵਿੱਚ ਜਿਹੜੇ ਅਲੱਗ ਅਲੱਗ ਦੇਸ਼ ਨੇ ਭਾਵੇਂ ਉਹਨਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ ਆ ਪਰ ਉਹ ਫਿਰ ਵੀ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ ਆਪਣੇ ਪ੍ਰਧਾਨ ਮੰਤਰੀਆਂ ਨੂੰ ਪਿਆਰ ਕਰਦੇ ਨੇ ਔਰ ਸੁਰਿੰਦਰ ਜੀ ਇਸ ਦਾ ਜਵਾਬ ਲੈਂਦੇ ਆ ਇਸ ਚੀਜ਼ ਦਾ ਜਵਾਬ ਲੈ ਖਾਲਿਦ ਸਾਹਿਬ ਦੇਖੋ ਜਿਵੇਂ ਸੁਰਿੰਦਰ ਕਮਲ ਦੀ ਵੱਲੋਂ ਕਿਹਾ ਗਿਆ ਠੀਕ ਹੈ ਮੈਂ ਉਹਨਾਂ ਸ਼ਬਦਾਂ ਦੇ ਨਾਲ ਉਹਨਾਂ ਲਹਿਜਿਆਂ ਦੇ ਨਾਲ ਸਹਿਮਤ ਹਾਂ ਪਰ ਸਵਾਲ ਇਹ ਖੜਾ ਹੁੰਦਾ ਹੈ ਖਾਲਿਦ ਸਾਹਿਬ ਤੁਸੀਂ ਵੀ ਵੱਡਾ ਅਰਸਾ ਵੱਡੀਆਂ ਸਰਕਾਰਾਂ ਦੇਖੀਆਂ ਬਹੁਤ ਪੰਜਾਬ ਦਾ ਨੁਕਸਾਨ ਵੀ ਦੇਖਿਆ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਨੇ ਪਿਛਲੇ 30 ਸਾਲਾਂ ਦੇ ਵਿੱਚ ਜੋ ਕੁਝ ਗਵਾਇਆ ਉਹ ਕਿਸੇ ਨੇ ਨਹੀਂ ਗਵਾਇਆ ਪਿਛਲੇ 30 ਸਾਲਾਂ ਦੇ ਵਿੱਚ ਇੱਕ ਦਹਾਕਾ ਉਹ ਸੀ ਜੋ ਕਾਲਾ ਦੌਰ ਕਹਿ ਕੇ ਨਿੰਦਿਆ ਗਿਆ ਕਈਆਂ ਵੱਲੋਂ ਖਾੜਕਵਾਦ ਕਹਿ ਕੇ ਨਿੰਦਿਆ ਗਿਆ ਕਈਆਂ ਵੱਲੋਂ ਹਰ ਲਹਿਜੇ ਨਾਲ ਨਿੰਦਿਆ ਗਿਆ ਅੱਤਵਾਦ ਕਹਿ ਕੇ ਵੀ ਨਿੰਦਿਆ ਗਿਆ ਉਸ ਲਹਿਜੇ ਦੇ ਵਿੱਚ ਇੱਕ ਜਵਾਨੀ ਖਤਮ ਹੋ ਜਾਂਦੀ ਹੈ ਅਗਲਾ ਲਹਿਜਾ ਜੋ ਅਕਾਲੀ ਦਲ ਦੇ ਉੱਤੇ ਦਾਗ ਲੱਗਦਾ ਹੈ ਕਿ ਨਸ਼ੇ ਲੈ ਕੇ ਆਏ ਸੀ ਅਕਾਲੀ ਦਲ ਦੇ ਉੱਤੇ ਬਹੁਤ ਵੱਡਾ ਦਾਗ ਲੱਗਿਆ ਹੋਇਆ ਉਹ ਤੇ ਉਹ ਲਹਿਜੇ ਦੇ ਵਿੱਚ ਜਵਾਨੀ ਚਲੀ ਜਾਂਦੀ ਹੈ ਤੇ ਇੱਕ ਲਹਿਜਾ ਉਹ ਹੈ ਜੋ ਜਵਾਨੀ ਸਾਡੀ ਬਾਹਰ ਚਲੀ ਗਈ ਹੁਣ ਇੱਕ ਲਹਿਜਾ ਇਹ ਸ਼ੁਰੂ ਹੋ ਗਿਆ ਕਿ ਗੈਂਗਸਟਰ ਬਣਾ ਦਿੱਤੇ ਗਏ ਆਖਰ ਇਹਦਾ ਹੱਲ ਕੀ ਹੈ ਨਤੀਜਾ ਕੀ ਹੈ ਭੁਗਤੋਂਗੇ ਕਦੋਂ ਤੱਕ ਜਾਂ ਇੱਕ ਦੂਜੇ ਨੂੰ ਮਾਰ ਮਰਾਈ ਹੋਊਗੀ ਕੀ ਹੋਊਗਾ ਖਾਲਿਦ ਸਾਹਿਬ ਇਸ ਤੇ ਤੁਸੀਂ ਤੁਹਾਡਾ ਕੀ ਰਿਐਕਸ਼ਨ ਹੈ ਕੀ ਜਵਾਬੀ ਪ੍ਰਤੀਕਿਰਿਆ ਕੀ ਦਿੰਦੇ ਹੋ ਇਸ ਤੇ ਦੇਖੋ ਗੱਲ ਇਹ ਹੈਗੀ ਹੈ ਕਿ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਹੈਗਾ ਮੈਂ ਸਮਝਦਾ ਸਾਡੀ ਇਕਨੋਮਿਕ ਡਿਵੈਲਪਮੈਂਟ ਹੈ ਆਰਥਿਕ ਵਿਕਾਸ ਨਹੀਂ ਹੋ ਰਿਹਾ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਚਾਹੇ ਉਹ ਬੱਚੇ ਬਾਹਰ ਜਾ ਰਹੇ ਹੈ ਇਸ ਕਰਕੇ ਜਾ ਰਹੇ ਹੈ ਕਿਉਂਕਿ ਉਹਨਾਂ ਨੂੰ ਇੱਥੇ ਅਪਰਚੁਨਿਟੀ ਨਜ਼ਰ ਨਹੀਂ ਆ ਰਹੀ ਗੈਂਗਸਟਰ ਵੱਲ ਇਸ ਕਰਕੇ ਜਾ ਰਹੇ ਹੈ ਨਸ਼ਿਆਂ ਵੱਲ ਇਸ ਕਰਕੇ ਜਾ ਰਹੇ ਹੈ ਕਿਉਂਕਿ ਆਪਾਂ ਉਹਨਾਂ ਨੂੰ ਇੱਕ ਸੇਧ ਦੇਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਹਾਂ ਅਗਰ ਸਾਡਾ ਆਰਥਿਕ ਵਿਕਾਸ ਹੈ ਬੱਚੇ ਨੂੰ ਰੋਜ਼ਗਾਰ ਮਿਲੇਗਾ ਉਹਨੂੰ ਅਪਰਚੁਨਿਟੀ ਮਿਲੇਗੀ ਉਹ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਪਾਸੇ ਨਹੀਂ ਜਾਣਾ ਚਾਹੁੰਦਾ ਅਗਰ ਉਹਨੂੰ ਪ੍ਰੋਪਰ ਸੇਧ ਡਾਇਰੈਕਸ਼ਨ ਐਜੂਕੇਸ਼ਨ ਮਿਲੇ ਔਰ ਸਾਡਾ ਜਿਹੜਾ ਇਕਨੋਮਿਕ ਸਿਸਟਮ ਹੈ ਪੰਜਾਬ ਦਾ ਉਹਨੂੰ ਰੋਜ਼ਗਾਰ ਦੇਣ ਦੇ ਵਿੱਚ ਸਹਾਇਕ ਹੋਵੇ ਲੇਕਿਨ ਅਨਫੋਰਚੁਨੇਟਲੀ ਪਿਛਲੇ ਇੱਕ ਕਈ ਦਹਾਕਿਆਂ ਤੋਂ ਆਪਾਂ ਦੇਖ ਰਹੇ ਹਾਂ ਚਾਹੇ ਉਹ ਕਰਜ਼ੇ ਦੀ ਵਜ੍ਹਾ ਕਰਕੇ ਹੋਵੇ ਚਾਹੇ ਉਹ ਪ੍ਰਮੋਸ਼ਨ ਆਫ ਡਰੱਗਸ ਹੋਵੇ ਚਾਹੇ ਸਾਡੀ ਜਿਹੜਾ ਆਪਾਂ ਇੱਕ ਬਾਰਡਰ ਸਟੇਟ ਹੈ ਉਹਦੀ ਵਜ੍ਹਾ ਕਰਕੇ ਹੋਵੇ ਚਾਹੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹਦਾ ਫੇਲੀਅਰ ਹੋਵੇ ਹਾਲਾਂਕਿ ਮੈਂ ਖੁਦ ਐਜੂਕੇਸ਼ਨਿਸਟ ਹਾਂ ਮੈਂ ਐਜੂਕੇਸ਼ਨ ਸਿਸਟਮ ਦਾ ਵੀ ਫੇਲੀਅਰ ਇਸ ਗੱਲ ਨੂੰ ਮੰਨਾਂਗਾ ਕਿ ਅਗਰ ਤੁਸੀਂ ਆਪਣੇ ਜਿਹੜਾ ਯੂਥ ਹੈ ਉਸ ਨੂੰ ਅੱਗੇ ਲਿਆ ਕੇ ਉਹਨੂੰ ਇੱਕ ਸਿਕਿਓਰ ਫਿਊਚਰ ਦੇਣ ਦੇ ਵਿੱਚ ਨਾਕਾਮ ਹੁੰਦੇ ਹੋ ਚਾਹੇ ਉਹ ਸਰਕਾਰ ਹੈ ਚਾਹੇ ਆਪਾਂ ਐਜ਼ ਏ ਸਮਾਜ ਹਾਂ ਤਾਂ ਡੈਫੀਨੇਟਲੀ ਉਹਦਾ ਹੱਲ ਜਿਹੜਾ ਹੈਗਾ ਕੋਈ ਨਹੀਂ ਹੋਏਗਾ ਲੋਕ ਬਾਹਰ ਨੂੰ ਵੀ ਭੱਜਣਗੇ ਲੋਕ ਡਰੱਗਸ ਵੱਲ ਵੀ ਜਾਣਗੇ ਲੋਕ ਗੈਂਗਸਟਰ ਵੀ ਬਣਨਗੇ ਉਹ ਸਾਰਾ ਕੁਛ ਕਰਨਗੇ ਜਿਹਦੇ ਵਿੱਚ ਉਹਨਾਂ ਨੂੰ ਕੁਇਕਲੀ ਕੁਛ ਨਾ ਕੁਛ ਮਿਲਦਾ ਹੋਵੇ ਇਹ ਚੀਜ਼ ਜਿਹੜੀ ਹੈਗੀ ਹੈ ਇਹ ਪੋਲੀਟੀਕਲ ਪਾਰਟੀਜ਼ ਨੂੰ ਵੀ ਦਿਮਾਗ ਦੇ ਵਿੱਚ ਰੱਖਣ ਦੀ ਲੋੜ ਹੈ ਆਪਾਂ ਸਾਰਿਆਂ ਨੂੰ ਕਿ ਇਕਨੋਮਿਕ ਡਿਵੈਲਪਮੈਂਟ ਦੇਖੋ ਸਾਡੇ ਕੋਲ ਜਿਸ ਵੇਲੇ ਗ੍ਰੀਨ ਰੈਵੋਲੂਸ਼ਨ ਹੋਇਆ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਇੱਕ ਅੱਛਾ ਖਾਸਾ ਤਬਕਾ ਜਿਹੜਾ ਸੀਗਾ
वो एग्रीकल्चर दे विचों उपर उठिया, उहदे विचों कुछ लोग ऐसे सीगे जिहड़े एग्रीकल्चर नहीं करना चाहुंदे सीगे, पढ़ लिख गए, रोजगार नहीं मिले, उहनां विचों होर बड़ियां कृतियां निकलियां। ये सारिया चीज़ां नूं अगर आपां देखिए तां डेफिनेटली सरकार नूं ये सोचना पएगा, क्योंकि आम आदमी पार्टी दी सरकार दे जिस वेले कैंपेन चल रही सीगी उन्होंने ये गल दा दावा कीता सीगा कि असी करजे दा भी साडे कोल सारे फॉर्मूले हैगे हैं, लेकिन वो फॉर्मूले हजे तक कोई नज़र नहीं आ रहे और उहदा प्रभाव वो लोग ज़्यादा देर उन्हां नूं उड़ीक भी नहीं करनगे। जिस तरीके दे नाल लोकां ने 92 सीटां दे के सरकार बनाई है, लोकां दी एस्पिरेशंस अगर पूरियां नहीं हुंदियां तां उन्ना ही ज़्यादा बैकलैश भी होएगा। ये सारियां चीज़ां सरकार नूं सोचनी चाहीदियां। जी विक्रम जी, थोड़ा पक्ष जानना चाहवांगा, खालिद साहब वालों जिस तरह सवाल रखा गया, तुसी किवें वेखते हो पंजाब दा नज़रिया, किवें वेखते हो, तुसी भी सत्ता च रहे हो, पिछले 5 साल सत्ता दे विच रहे हो, कैप्टन अमरिंदर सिंह जदों मुख्यमंत्री सी उन्हां दे वल्लों एक वादा ते दावा किया जाता सी खास करके गैंगस्टरां नूं लैके कि जां तां वापस मुड़ाओ, वापस पिड़तां ते आ जाओ, नहीं फिर जो अंजाम होवेगा वेख्या जाएगा, जिसका अंजाम दे विच विक्की गोंडर ते होर भी काफ़ी ਵੱਡੇ ਬਦਮਾਸ਼ੀ ਜਿਨ੍ਹਾਂ ਦੇ ਵੱਲੋਂ ਕਿਤੇ ਨਾ ਕਿਤੇ ਪੰਜਾਬ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਵਾਨੀ 'ਤੇ ਸਵਾਲ ਚੁੱਕੇ ਗਏ ਸਨ, ਉਹਨਾਂ ਦਾ ਐਨਕਾਊਂਟਰ ਹੋਇਆ, ਪਰੰਤੂ ਹੁਣ ਪੰਜਾਬ ਦੀ ਜੋ ਸਥਿਤੀ ਹੈ ਉਸ ਨੂੰ ਕਿਵੇਂ ਵੇਖਦੇ ਹੋ, ਉਸਦਾ ਅਸਲ ਸਪਸ਼ਟੀਕਰਨ ਕੀ ਬਣਦਾ ਕਿ ਗੈਂਗ ਇੱਕ ਦੂਜੇ ਨੂੰ ਇੱਕ ਦੂਜਾ ਮਾਰੇਗਾ, ਜਾਂ ਜਿਸ ਤਰ੍ਹਾਂ ਖਾਲਿਦ ਸਾਹਿਬ ਨੇ ਕਿਹਾ ਕਿ ਉਹਨਾਂ ਗੱਲਾਂ ਨਾਲ ਤੁਸੀਂ ਕਿੱਦਾਂ ਸਹਿਮਤੀ ਜਤਾਉਂਦੇ ਹੋ? ਜੀ ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹ ਜਿੱਦਾਂ ਦੇ ਵੀ ਸੀਗੇ, ਉਹਨਾਂ ਨੇ ਜਿੰਨਾ ਚਿਰ ਵੀ ਸਰਕਾਰ ਚਲਾਈ ਹੈ ਉਹਨਾਂ ਨੇ ਸਰਕਾਰ ਤੇ ਬਿਊਰੋਕਰੇਸੀ ਦੇ ਵਿੱਚ ਇੱਕ ਬੜਾ ਤਕੜਾ ਕੋਆਰਡੀਨੇਸ਼ਨ ਬਣਾ ਕੇ ਰੱਖਿਆ। ਜਿੱਦਾਂ ਕਿ ਆਪਾਂ ਗੱਲ ਕਰਦੇ ਸੀ ਕਿ ਲਾਅ ਐਂਡ ਆਰਡਰ ਨੂੰ ਇੱਕ ਸਟਰੋਂਗਲੀ ਮੇਨਟੇਨ ਰੱਖਣ ਦੇ ਲਈ ਸਰਕਾਰ ਤੇ ਬਿਊਰੋਕਰੇਸੀ ਦੇ ਵਿੱਚ ਇੱਕ ਚੋਲੀ ਦਾਮਨ ਦਾ ਸਾਥ ਹੋਣਾ, ਇੱਕ ਅੱਛੀ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੁੰਦਾ, ਜਿਸ ਦਾ ਨਤੀਜਾ ਤੁਸੀਂ ਦੇਖਿਆ ਕਿ ਜਦੋਂ 2000 ਦੇ ਵਿੱਚ ਕਾਂਗਰਸ ਸਰਕਾਰ ਹੋਣ ਦੇ ਵਿੱਚ ਆਉਂਦੀ ਹੈ ਕਿ ਕਿੱਦਾਂ ਜਿਹੜੇ ਨਾਮੀ ਗੈਂਗਸਟਰ ਸੀ ਚੁਣ ਚੁਣ ਕੇ ਪੰਜਾਬ ਸਰਕਾਰ ਨੇ, ਕਾਂਗਰਸ ਸਰਕਾਰ ਨੇ, ਜਾਂ ਤਾਂ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ, ਜਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ, ਜਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਤੇ ਉਦਾਂ ਦੇ ਕੋਈ ਕੇਸ ਪਾ ਕੇ ਉਹਨਾਂ ਨੂੰ ਹਾਈ ਸਿਕਿਉਰਿਟੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ। ਪਰ ਅੱਜ ਦੀ ਸਰਕਾਰ ਦਾ ਜੇ ਮੈਂ ਹਵਾਲਾ ਦੇਵਾਂ, ਅੱਜ ਦੀ ਸਰਕਾਰ ਤੇ ਬਿਊਰੋਕਰੇਸੀ ਦੋਵੇਂ ਇੱਕ ਅਲੱਗ ਅਲੱਗ ਸਰਫੇਸ ਤੇ ਖੜੇ ਨੇ, ਦੋਨਾਂ ਦਾ ਕੋਆਰਡੀਨੇਸ਼ਨ ਬਿਲਕੁਲ ਜ਼ੀਰੋ ਆ, ਜਿਸ ਦੀ ਤਾਜ਼ਾ ਮਿਸਾਲ ਆਪਣੇ ਸਾਰਿਆਂ ਦੇ ਸਾਹਮਣੇ ਆ। ਆਪਾਂ 70-80 ਦਿਨਾਂ ਦੇ ਵਿੱਚ ਉਹ ਕੁਝ ਦੇਖ ਲਿਆ ਜੋ ਪਿਛਲੇ 10-15 ਸਾਲਾਂ ਦੇ ਵਿੱਚ ਨਹੀਂ ਦੇਖਿਆ ਸੀ। ਚਰਨਜੀਤ ਜੀ, ਆਪਾਂ ਦੇਖਿਆ ਮੂਸਾ ਕਤਲ ਤੋਂ ਬਾਅਦ, ਨਹੀਂ ਤਾਂ ਜੇ ਸਰਕਾਰ ਆਪਣੀਆਂ ਅੱਖਾਂ ਖੋਲਦੀ, ਇੰਟੈਲੀਜੈਂਸੀਆਂ, CID, ਹੋਰ ਆਪਣੀਆਂ ਏਜੰਸੀਆਂ ਆਪਣੀਆਂ ਅੱਖਾਂ ਖੋਲਦੀਆਂ, ਮੂਸਾ ਤੋਂ ਬਾਅਦ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਲੰਧਰ ਦੇ ਵਿੱਚ ਇੱਕ ਥਾਣੇਦਾਰ ਮਾਰਿਆ ਜਾਂਦਾ, ਪਟਿਆਲਾ ਦੀਆਂ 2 ਕੁੜੀਆਂ ਦਾ ਕਤਲ ਹੋ ਜਾਂਦਾ, ਅੰਮ੍ਰਿਤਸਰ ਦੇ ਵਿੱਚ ਗੋਲੀ ਚੱਲਦੀ ਆ, ਉੱਥੇ ਇੱਕ ਕਾਲਜ ਦਾ ਵਿਦਿਆਰਥੀ ਮਾਰਿਆ ਜਾਂਦਾ। ਕੱਲ ਦੀ ਗੱਲ ਹੈ, ਮਰਿੰਡਾ ਦੇ ਕੋਲ ਪਟਿਆਲੇ ਦਾ ਇੱਕ ਨੌਜਵਾਨ ਗੋਲੀਆਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ, PRTC ਦੀ ਬੱਸ ਸ਼ਰੇਆਮ ਲੁੱਟ ਲਈ ਜਾਂਦੀ। ਤੁਸੀਂ ਦੱਸੋ, ਇਹ ਨਿੱਤ ਨਵੀਆਂ ਖਬਰਾਂ ਸੁਣ ਕੇ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਕਿ ਅਸੀਂ ਕਿਸੇ ਜੰਗਲ ਰਾਜ ਦੇ ਵਿੱਚ ਰਹਿ ਰਹੇ ਹਾਂ। ਇਹਦਾ ਸਿੱਧੇ ਤੌਰ ਤੇ ਮੈਂ ਸ਼੍ਰੀਮਾਨ ਭਗਵੰਤ ਮਾਨ ਜੀ ਨੂੰ ਇਹਦਾ ਮੈਂ ਕਾਰਨ ਮੰਨਦਾ। ਉਹ ਜੇ ਉਹ ਥੋੜਾ ਰੱਤਾ ਜਿੰਨਾ ਵੀ ਪੰਜਾਬ ਵੱਲ ਧਿਆਨ ਦੇਣ, ਉਹਨਾਂ ਦਾ ਤਾਂ ਧਿਆਨ ਸਿਰਫ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ ਵੱਲ ਹੈ। ਉਹ ਆਪਣੇ ਆਕਾਂ ਨੂੰ ਖੁਸ਼ ਕਰਨ ਦੇ ਚੱਕਰਾਂ ਦੇ ਵਿੱਚ ਆਪਣਾ ਪੰਜਾਬ ਭੁੱਲੀ ਬੈਠੇ ਨੇ। ਮੈਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦਾ, ਭਗਵੰਤ ਮਾਨ ਜੀ, ਪੰਜਾਬ ਤੁਹਾਡਾ ਘਰ ਹੈ, ਹਿਮਾਚਲ ਜਾਂ ਗੁਜਰਾਤ ਤੁਹਾਡਾ ਘਰ ਨਹੀਂ। ਹਿਮਾਚਲ ਗੁਜਰਾਤ ਦੇ ਗੇੜਿਆਂ ਤੇ ਤੁਸੀਂ ਪੰਜਾਬ ਦੇ ਮਾਲੀਏ ਨਾਲ ਖੇਡ ਕਰ ਰਹੇ ਹੋ, ਗੁਜਰਾਤ ਦੇ ਵਿੱਚ ਚਰਖਾ ਕੱਤਿਆ ਜਾਂਦਾ ਤੇ ਪੰਜਾਬੀਆਂ ਤੇ 47 ਲੱਖ ਦਾ ਬੋਝ ਪੈ ਜਾਂਦਾ, ਇਹ ਕਿੱਥੋਂ ਦਾ ਨਿਆਂ? ਇਹ ਬਹੁਤ ਜ਼ਿਆਦਾ ਗਲਤ ਕੀਤਾ ਜਾ ਰਿਹਾ ਪੰਜਾਬ ਦੇ ਨਾਲ, ਪੰਜਾਬੀਅਤ ਨਾਲ। ਆਏ ਦਿਨ ਨੌਜਵਾਨਾਂ ਦੇ ਕਤਲ, ਆਏ ਦਿਨ ਲੁੱਟਾਂ ਖੋਹਾਂ। ਅੱਜ ਨਵੀਂ ਜਿਹੜੀ ਇੱਕ ਆਪਣੇ ਸਾਹਮਣੇ ਆਈ ਆ ਕਿ ਚੰਡੀਗੜ੍ਹ ਦੇ ਵਿੱਚ BJP ਦੇ ਦਫ਼ਤਰ ਨੂੰ ਉਡਾਉਣ ਦੀ ਧਮਕੀ, ਇਹ ਹੋ ਕੀ ਰਿਹਾ? ਇਹ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਤੁਸੀਂ ਦੱਸੋ, ਪਿਛਲੇ 10-15 ਸਾਲਾਂ ਦੇ ਵਿੱਚ ਕਦੇ ਆਪਾਂ ਇੱਦਾਂ ਸੁਣੀ ਸੀ ਜਿਹੜੀ ਅੱਜ ਇਸ ਨਵੀਂ ਸਰਕਾਰ ਦੇ 80 ਸਾਲਾਂ ਦੇ ਕਾਰਜਕਾਲ ਦੌਰਾਨ ਸੁਣ ਰਹੇ ਹਾਂ? ਇਹ ਬਹੁਤ ਹੀ ਵੱਡਾ ਫੇਲੀਅਰ ਹੈ। ਮੈਂ ਵਾਰ ਵਾਰ ਇਹ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹ ਸਰਕਾਰ ਬਿਲਕੁਲ ਅਨਐਕਸਪੀਰੀਅੰਸਡ ਲੋਕਾਂ ਦੇ ਨਾਲ ਭਰੀ ਪਈ ਹੈ। ਇਹਦੇ ਵਿੱਚ ਤੁਸੀਂ 92 ਵਿਧਾਇਕਾਂ ਦੇ ਵਿੱਚੋਂ
कोई भी कोई किसी एक का नाम लै दौ कि यह बहुत ही ज्यादा एक्सपीरियंस जा यह पिछलियां सरकारां दे विच यह लॉ एंड ऑर्डर नूं चलाउण दे समर्थ सी तां करके इन्हां नूं इस सरकार दे विच इस अहुदे ते नवाजिया गया। कोई भी इन्हां दा विधायक जां मंत्री मैं नहीं समझदा जिहड़ा किसी भी तरीके तो अपने अहुदे दे काबल होवे जिहड़ा उन्हां नूं नवाजिया गया। सो जिस दा सिट्टा आपां नित पंजाब दीआं मावां दे पुत गवा के दे रही हां, मैं कहना अज जिनी छेती पंजाब दे विच गवर्नर राज लग जे उन्ना पंजाब लई चंगा, नहीं तां इस अनएक्सपीरियंस सरकार तों इह पंजाब नहीं चलना। नतीजा तुहाडे सामने आ, 80 दिनां दे विच किन्ने कतल होए, किन्नियां खुदकुशियां होईयां, किन्नियां लुट दीआं घटनावां, किन्ने बंब धमाके ते किन्ने दो गुट्टां दे विच देखो पटियाले उत्थे किन्ना कतलेआम हो सकदा सी जे उस ते कंट्रोल ना कीता जा सकदा। सो इह इस सरकार दा सब तों वड्डा फेलियर है। मैं अज आम आदमी पार्टी का कोई भी बुलारा ना तो पिछली डिबेट दे विच आया ना ऐतकी आया, नहीं तो मैं उन्होंने डायरैक्ट सवाल करने चाहुंदा सी तां जो ओ साडे कीते सवाल आपदे जिहड़े उन्होंने लीडर साहबान ने आपदी सरकार उन्हां तक पहुंचाउंदे कि पंजाब दे विच जिहड़ा इह वापर रिहा, पंजाब दे लॉ एंड ऑर्डर नाल जिहड़ा खिलवाड़ किया जा रहा, इस नूं बंद किया जाए। नहीं तो पंजाब दे विच ओ दिन दूर नहीं जदों लोग पंजाब तो पलायन करन दा सोचन लग जाणगे। अज भी वैसे जिहड़ी नौजवानी है ना, नौजवानी पंजाब दे विच रह के नहीं राजी, अज भी सोच रहे आ, अज कोई भी अज हरेक दे मूंह ते हरेक मां दे मूंह ते इह गल आ पुत पंजाब च रह के किते तरक्की ना कर लिओ, इह पंजाब दे विच जिहड़े तरक्की बख्श लोग ने उन्हां नूं जरिया नहीं जांदा, उन्हां नूं मौत दे घाट उतार दित्ता जांदा। तो पंजाब दा अज इह हालात, मेरी इन्नी उम्र होगी मैं पंजाब दे विच ऐसे हालात नहीं देखे सी जिहड़े पिछले 80 दिनां दी सरकार दे विच देख ले। सो मैं आप जी दे चैनल राही इह बेनती करदा मान सरकार नूं कि उह इक नैतिकता दे आधार ते अस्तीफा देण ते पंजाब दे विच गवर्नर राज लाया जावे। मठाड़ू साहब सवाल तुहाडे ते दिगदा दिखाई दे रहा क्योंकि राष्ट्रपति राज की मंग कर रहे हो। पंजाब दे विच हाले तक की जे मैं गल करा 8 राष्ट्रपति राज लागू हो चुका है जिसका अकाली दल वालों हमेशा विरोध किया गया, तुसी किवें वेखदे हो? विक्रम जो कांग्रेस के बुलारे ने उन्होंने वालों कहा गया कि पंजाब दे विच जे राष्ट्रपति राज ही लागू होगा तद ही पंजाब सुधर पवेगा, किवें वेखदे हो? अकाली दल हमेशा राष्ट्रपति राज के खिलाफ रहा। मठाड़ू साहब, मठाड़ू साहब थोड़े तक आवाज़ पहुँच रही है साड़ी, तकनीकी कारण होने करके मठाड़ू साहब तक आवाज नहीं पहुंच रही। खालिद साहब थोड़ा पक्ष जानना चाहवांगा, जिस तरह राष्ट्रपति दी मांग कर रहे राष्ट्रपति राज दी, किवें वेखदे हो? क्योंकि पंजाब दे विच 8 अज तक राष्ट्रपति राज लग चुका है, राष्ट्रपति राज दा किते ना किते अकाली दल वल्लों हमेशा विरोध किया जाता सी क्योंकि अकाल राष्ट्रपति राज तो बाद जो पंजाब दे विच होया वो अजे भी सवालों के घेरे दे विच है। DGP सुमेर सिंह सैनी अज भी किते ना किते कोर्ट कचहरियां दे चक्करां दे विच ने, उन्हां ते सवाल उठते दिखाई दे रहे हैं। की हल राष्ट्रपति राज ही है? नहीं, देखो इदां है कि राष्ट्रपति राज या जिन्हों आपां स्टेट एमरजेंसी कहने हैं आर्टिकल 356 दे अंडर, गवर्नर राज भी कहते हैं, राष्ट्रपति राज भी कहते हैं, तो ये की होंगे कि लोगों की इलेक्टेड सरकार जी है असेंबली खत्म कर दिता जाता या सस्पेंड कर दिता जाता है। ये चीज़ जी है वो कदे भी नहीं होनी चाहिए। इनफैक्ट आर्टिकल 356 का प्रयोग मिनीम होना चाहिए बल्कि होना ही नहीं चाहिए। हुण गल ये तुसी हुण इलेक्शन लड़के हटे हैं और सारिया पोलीटिकल पार्टीज ने अपनी जोर आजमाई की है, लोगों ने जिसनों भी मैंडेट देनी थी देती। हुण तां गल हैगी है कि सरकार नूं आपां ने खिंचना है कि भाई तुसी हुण काम करो। राष्ट्रपति राज जिहड़ा हैगा एक डेमोक्रेटिक जिहड़ी पोलीटिकल पार्टी है वो इस चीज़ की डिमांड कर रही कि राष्ट्रपति राज लग जाए, तो वो मेरा ख्याल है डेमोक्रेसी के अनुकूल नहीं है। राष्ट्रपति राज का मतलब है कि सेंटर गवर्नमेंट की सरकार होएगी और सेंटर गवर्नमेंट की सरकार का मतलब हैगा फिर तुसी कहने नहीं हुण BJP की सरकार होगी है जी, हुण इत्थे हो रहा वो हो रहा। बेस्ट है कि जो लोगों की चुनी हुई सरकार है उन्हें ही काम करन दिता जाए, उहदे विच कुताहियां हो सकदियां है, उहदे नूं नकेल पाई जाए, उन्हें क्रिटिसाइज किया जाए, उन्हें खिंचा जाए, वो साडा काम है। सारिया पोलिटिक अपोजिशन का मतलब की होंदा है? अपोजिशन लोकतंत्र की पहरेदार होंदी है।
ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈ ਅਗਰ ਕੋਈ ਲੋਕਤੰਤਰੀ ਢੰਗ ਦੇ ਨਾਲ ਇਲੈਕਟਿਡ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ, ਆਪਣੇ ਮੈਨੀਫੈਸਟੋ ਤੋਂ ਦੂਰ ਭੱਜਦੀ ਹੈ, ਵਾਅਦਿਆਂ ਤੋਂ ਦੂਰ ਭੱਜਦੀ ਹੈ, ਤਾਂ ਉਹਨੂੰ ਫੜ ਕੇ ਲਿਆ ਕੇ ਕੰਨ ਤੋਂ ਉਹਦੇ ਵਾਅਦੇ ਯਾਦ ਕਰਾਉਣਾ ਸਾਡਾ ਕੰਮ ਹੈ। ਰਾਸ਼ਟਰਪਤੀ ਰਾਜ ਜਿਹੜਾ ਹੈਗਾ ਉਹਦਾ ਕੋਈ ਜਿਹੜਾ ਹੈਗਾ ਨਹੀਂ ਹੈ ਕਿ ਉਹਦੇ ਨਾਲ ਸਾਰਾ ਕੁਛ ਠੀਕ ਹੋ ਜਾਏਗਾ, ਉਹਦੇ ਨਾਲ ਕਈ ਚੀਜ਼ਾਂ ਖਰਾਬ ਵੀ ਹੁੰਦੀਆਂ। ਰਾਸ਼ਟਰਪਤੀ ਰਾਜ ਜਿਵੇਂ ਤੁਸੀਂ ਕਿਹਾ ਕਾਫੀ ਵਾਰ ਲੱਗਿਆ ਪੰਜਾਬ ਦੇ ਵਿੱਚ, ਔਰ ਹਮੇਸ਼ਾ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਹੈ ਖਾਸ ਤੌਰ ਤੇ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਔਰ ਇਹਦੇ ਬਾਰੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ, ਹਾਈ ਕੋਰਟ ਦੀਆਂ ਜੱਜਮੈਂਟਸ ਕਿੰਨੀਆਂ ਜ਼ਿਆਦਾ ਆਈਆਂ, ਇਹਨੂੰ ਮਿਨੀਮਾਈਜ਼ ਕਰਨਾ ਚਾਹੀਦਾ। ਹਾਂ, ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਏ ਉਹਦੇ ਮੁਤਾਬਕ ਕੰਮ ਕਰਨਾ ਚਾਹੀਦਾ। ਕਮਲ ਜੀ, ਤੁਹਾਡਾ ਪੱਖ ਜਾਣਨਾ ਚਾਹਾਂਗਾ, ਕਿਵੇਂ ਲੱਗਦਾ ਅੱਜ ਇੱਕ ਮੀਟਿੰਗ ਵੀ ਰੱਖੀ ਗਈ ਸੀ, ਸਰਵਪੱਖੀ ਮੀਟਿੰਗ, ਉਸਦੇ ਵਿੱਚ ਅੱਜ ਬੀਜੇਪੀ ਵੱਲੋਂ ਵੀ ਹਿੱਸਾ ਨਹੀਂ ਲਿਆ ਗਿਆ, ਕਾਂਗਰਸ ਵੱਲੋਂ ਅੱਜ ਮੀਟਿੰਗ ਦਾ ਆਗਾਜ਼ ਕੀਤਾ ਜਾਣਾ ਸੀ ਕਿ ਉਸਦੇ ਵਿੱਚ ਸਰਵਪੱਖੀ ਮੀਟਿੰਗ ਹੋਵੇ, ਪੰਜਾਬ ਦੇ ਲਈ ਸੁਝਾਅ ਦਿੱਤੇ ਜਾਣ, ਜੋ ਕ੍ਰਿਟੀਕਲ ਸਿਚੁਏਸ਼ਨਾਂ ਚੱਲ ਰਹੀਆਂ ਉਹਨਾਂ ਦੇ ਤੌਰ ਤਰੀਕਿਆਂ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਚੁੱਕਦੇ ਹੋਇਆ ਸਰਕਾਰ ਨੂੰ ਘੇਰਦਿਆਂ ਹੋਇਆ ਉਹਨਾਂ ਦਾ ਪੱਖ ਯਾਦ ਕਰਾਇਆ ਜਾਵੇ। ਅੱਜ ਮੀਟਿੰਗ ਵੀ ਰੱਖੀ ਗਈ ਸੀ, ਉਹ ਮੀਟਿੰਗ ਵੀ ਕੈਂਸਲ ਕਰ ਦਿੱਤੀ ਗਈ ਸੀ, ਇਸ ਤੋਂ ਇਲਾਵਾ ਹੋਰ ਕੀ ਪੱਖ ਹੈ, ਕੀ ਇਸ ਪੱਖ ਨਾਲ ਨਿਕਲ ਸਕਦਾ ਸਾਰਾ ਕੁਝ, ਜਦ ਮੁਹੰਮਦ ਖਾਲੀ ਦੇ ਜੋ ਬਿਆਨ ਨੇ, ਜੋ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ, ਉਹਨਾਂ ਦੀ ਇੱਕ ਲਹਿਜੇ ਨਾਲ ਉਹਨਾਂ ਨੇ ਦੱਸਿਆ ਕਿ ਉਹ ਉਹਦੇ ਨਾਲ ਬਿਲਕੁਲ ਸਹੀ ਹੈ ਸਾਰਾ। ਤੁਸੀਂ ਦੇਖੋ ਕਿ ਜਿਹੜਾ ਮਾਨਸਾ ਦੇ ਵਿੱਚ ਦੋ ਘਟਨਾਵਾਂ ਵਾਪਰਦੀਆਂ ਨੇ ਐਟ ਏ ਟਾਈਮ ਹੀ, ਇੱਕ ਤਾਂ ਸਿੰਗਲਾ ਸਾਹਿਬ ਨੂੰ ਜਿਹੜਾ ਬਰਖਾਸਤ ਕੀਤਾ ਜਾਂਦਾ ਹੈ, ਉਹਨਾਂ ਨੂੰ ਮਤਲਬ ਉਹਨਾਂ ਦੇ ਜਿਹੜੇ ਆਪਣਾ ਉਹਨਾਂ ਨੂੰ ਉੱਥੋਂ ਬਰਖਾਸਤ ਕੀਤਾ ਜਾਂਦਾ। ਉਸ ਤੋਂ ਪਹਿਲਾਂ ਜਿਹੜਾ ਸਿੱਧੂ ਮੂਸੇਵਾਲ ਦੇ ਨਾਲ ਉਹਨਾਂ ਦੀ ਜ਼ਮੀਨੀ ਝੜਪ ਜਿਹੜੀ ਹੁੰਦੀ ਆ, ਉਸ ਦਾ ਕਿਸੇ ਨੇ ਵੀ ਉਸਦੇ ਵੱਲ ਧਿਆਨ ਨਹੀਂ ਦਿੱਤਾ ਕਿ ਜਦੋਂ ਸਿੱਧੂ ਮੂਸੇਵਾਲ ਹਾਰਦੇ ਨੇ, ਹਨਾ, ਕਾਂਗਰਸ ਦੇ ਜਿਹੜੇ ਨੇ ਉਹ ਸਿੰਗਲਾ ਤੋਂ ਹਾਰਦੇ ਨੇ, ਤੇ ਇੱਕ ਟਰੈਕਟਰ ਦੀ ਜਿਹੜੀ ਲੜਾਈ ਹੁੰਦੀ ਆ ਉਹਦੇ ਵਿੱਚ ਸਿੰਗਲਾ ਜਿਹੜੇ ਨੇ ਉਹ ਉਹਨਾਂ ਦਾ ਟਰੈਕਟਰ ਖਿੱਚ ਕੇ ਸਿੱਧੂ ਮੂਸੇਵਾਲ ਦਾ ਤੇ ਉਹਨੂੰ ਮਤਲਬ ਉਲਟਾ ਦਿੰਦੇ ਨੇ, ਤੇ ਉਸ ਤੋਂ ਬਾਅਦ ਜਿਹੜੀ ਇਹ ਜੰਗ ਸ਼ੁਰੂ ਹੁੰਦੀ ਆ। ਉਸ ਤੋਂ ਬਾਅਦ ਜਿਹੜਾ ਮਤਲਬ ਸਿੱਧੂ ਮੂਸੇਵਾਲ ਜਿਹੜੇ ਨੇ ਉਹ ਜਿਹੜਾ ਉਹਨਾਂ ਦਾ ਜੋ ਵੀ ਉਹਨਾਂ ਦਾ 1% ਵਾਲਾ ਮਸਲਾ ਸੀਗਾ, ਹਨਾ, ਉਸਦਾ ਸਟਿੰਗ ਆਪਰੇਸ਼ਨ ਹੁੰਦਾ ਵਾ। ਤੁਸੀਂ ਸਮਝ ਸਕਦੇ ਹੋ ਕਿ ਰਾਜਨੀਤੀ ਜਿਹੜੀ ਆ ਉਹ ਜਿਹੜੀ ਉਹਦੀ ਜੜ ਕਿੱਥੇ ਪਈ ਹੋਈ ਆ। ਤੋ ਉਸ ਤੋਂ ਬਾਅਦ ਕੀ ਵਾਪਰਦਾ ਵਾ, ਖਾਲਿਸਤਾਨ ਦਾ ਮਸਲਾ ਇਹਦੇ ਨਾਲ ਜਿਹੜਾ ਜੁੜਦਾ ਵਾ, ਉਹ ਕਿਸ ਤਰ੍ਹਾਂ ਜਿਹੜਾ ਵਾ ਉਹ ਸਿੰਗਲਾ ਲਾਇਆ ਜਾਂਦਾ ਵਾ ਉਹਦੇ ਤੋਂ, ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਇਹ ਜਿਹੜੀਆਂ ਬਰੀਕ ਘਟਨਾਵਾਂ ਨੇ। ਤਾਂ ਸਿੱਧੂ ਮੂਸੇਵਾਲ ਦਾ ਕਤਲ ਜਿਹੜਾ ਵਾ ਉਸਨੂੰ ਗੈਂਗਵਾਰ ਦੇ ਨਾਲ ਜੋੜਿਆ ਜਾਂਦਾ, ਤੇ ਗੈਂਗਵਾਰ ਜਿਹੜੀ ਆ ਉਹ ਡੈਫੀਨੇਟਲੀ ਅੱਜ ਇੱਕ ਲਾ ਐਂਡ ਆਰਡਰ ਦਾ ਮਸਲਾ ਬਣ ਚੁੱਕੀ ਆ। ਇੰਜ ਨਹੀਂ ਲੱਗਦਾ ਕਿਤੇ ਕਿ ਖੁਦ ਹੀ ਸਾਰਾ ਕੁਝ ਆਪਨੇ ਤਿਆਰ ਕੀਤਾ ਹੋਵੇ ਤੇ ਖੁਦ ਹੀ ਉਸ ਬੁਣੇ ਹੋਏ ਜਾਲ ਦੇ ਵਿੱਚ ਫਸਦੀ ਨਜ਼ਰ ਆ ਰਹੀ। ਪਰ ਸਵਾਲ ਫਿਰ ਇਹ ਵੀ ਖੜੇ ਹੁੰਦੇ ਨੇ ਕਿ ਇਲੈਕਸ਼ਨ ਦਾ ਟਾਈਮ ਹੈ, ਇਲੈਕਸ਼ਨ ਵੀ ਉਸ ਮੋੜ ਦੇ ਵਿੱਚ ਹੈ, ਸੰਗਰੂਰ ਦੇ ਵਿੱਚ ਹੈ, ਤੇ ਕਤਲ ਵੀ ਸੰਗਰੂਰ ਦੇ ਵਿੱਚ ਹੋ ਰਿਹਾ, ਕਿਤੇ ਫਿਰ ਤੁਸੀਂ ਇਸ ਲਹਿਜੇ ਨੂੰ ਕਿਸ ਲਹਿਜੇ ਨਾਲ ਕਿਉਂ ਨਹੀਂ ਵੇਖਦੇ? ਬਿਲਕੁਲ, ਜਦੋਂ ਦੇਖੋ ਅੱਜ ਉਹਨਾਂ ਨੂੰ ਇਹ ਚੀਜ਼ ਦੇ ਪ੍ਰਤੀ ਜਿਹੜੀ ਆ ਸਹਾਨੁਭੂਤੀ ਵੀ ਇਹ ਮਿਲਦੀ ਪਈ, ਕਿਉਂਕਿ ਇਹਦੇ ਵਿੱਚ ਕੁਛ ਲੋਕ ਇਹ ਵੀ ਕਹਿ ਰਹੇ ਕਿ ਸਰਕਾਰਾਂ ਨਾ ਚੱਲਣ ਕਰਕੇ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਆਪ ਦੇ ਪੈਰਾਂ ਦੇ ਵਿੱਚ ਕੰਡੇ ਬੀਜ ਰਹੀਆਂ ਨੇ, ਤਾਂ ਆਪ ਇੱਥੇ ਇਸ ਸਮੇਂ ਸਹਾਨੁਭੂਤੀ ਲੈਣ ਦੀ ਕੋਸ਼ਿਸ਼ ਕਰ ਰਹੀ ਆ। ਤੁਸੀਂ ਪੋਲਿਟਿਕਸ ਦੇ ਦੂਸਰੇ ਪੱਖ ਨੂੰ ਵੀ ਤੇ ਵੇਖੋ ਨਾ, ਕਿਉਂਕਿ ਬਾਹਰੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇਹੀ ਚੀਜ਼ ਕਹੀ ਜਾ ਰਹੀ ਹੈ, ਇਹਨਾਂ ਦੀ ਨਾਕਾਮੀ ਜਿਹੜੀ ਆ ਉਹਨੂੰ ਨਾ ਵੇਖਿਆ ਜਾਵੇ, ਬਲਕਿ ਇਹ ਦੇਖਿਆ ਜਾਵੇ ਕਿ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਸੱਤਾ ਦੇ ਵਿੱਚੋਂ ਨਿਕਲਣ ਦੀ ਵਜ੍ਹਾ ਕਰਕੇ ਉਹ ਇਸ ਸਮੇਂ ਇਹਨਾਂ ਦੇ ਰਾਹ ਦੇ ਵਿੱਚ ਰੋੜੇ ਵੀ ਖਿਲਾ ਰਹੀਆਂ ਨੇ। ਤੋ ਜੇਕਰ ਦੋਵਾਂ ਪੱਖਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਆਪ ਕਈ ਵਾਰੀ ਇੰਜ ਲੱਗ ਰਿਹਾ ਵਾ ਕਿ ਜੇਕਰ ਉਹਦੀ ਕਾਂਗਰਸ ਦੇ ਨਾਲ ਇੱਟ-ਸਿੱਟ ਸੀਗੀ ਤਾਂ ਉਹ ਖੁਦ ਹੀ ਆਪਣਾ ਜਾਲ ਵਿਛਾ ਕੇ ਉਸ ਦੇ ਵਿੱਚ ਫਸਦੀ ਨਜ਼ਰ ਆ ਰਹੀ ਆ। ਪਰ ਉਹਦਾ ਖਮਿਆਜ਼ਾ ਨੌਜਵਾਨ ਕਿਉਂ ਭੁਗਤਣ, ਉਹਦਾ ਖਮਿਆਜ਼ਾ ਬੀਜੇਪੀ ਕਿਉਂ ਭੁਗਤੇ? ਹਨਾ, ਬੀਜੇਪੀ ਦੇ ਆਫਿਸ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਦਿੱਤੀ ਜਾਂਦੀ ਆ, ਬੀਜੇਪੀ ਕਿੰਨਾ ਚੰਗਾ ਕਰ ਰਹੀ ਹੈ। ਤੁਸੀਂ ਦੇਖੋ ਮੋਦੀ ਸਰਕਾਰ ਦੇ 8 ਸਾਲ ਬੀਤੇ ਨੇ। ਨਹੀਂ, ਫਿਰ ਮੈਂ ਸਵਾਲ ਉਹੀ ਕੀਤਾ ਨਾ ਤੁਹਾਨੂੰ ਕਿ ਅੱਜ ਮੀਟਿੰਗ ਰੱਖੀ ਗਈ ਸੀ ਕਾਂਗਰਸ, ਉਸੋਂ ਸਰਵਪੱਖੀ ਮੀਟਿੰਗ, ਬੀਜੇਪੀ ਕਿਉਂ ਨਹੀਂ ਉਹਦੇ ਵਿੱਚ ਸ਼ਾਮਲ ਹੋਈ? ਨਹੀਂ, ਅਸੀਂ ਕਿਉਂ ਸ਼ਾਮਲ ਹੋਈ ਜਦੋਂ ਤੁਸੀਂ ਜਦੋਂ ਉਹ ਜਦੋਂ ਇਸ ਸਾਰੇ ਸਿਸਟਮ ਦੇ ਵਿੱਚ ਟਾਰਗੇਟ ਵੀ ਬੀਜੇਪੀ ਨੂੰ ਕੀਤਾ ਜਾ ਰਿਹਾ ਵਾ, ਬੀਜੇਪੀ ਦਾ ਅਗਰ ਆਫਿਸ ਉਡਾਇਆ ਜਾਂਦਾ ਵਾ, ਫਿਰ ਬੀਜੇਪੀ ਟਾਰਗੇਟ ਨਹੀਂ ਹੋ ਰਹੀ, ਉਹਦਾ ਆਫਿਸ ਨਹੀਂ ਟਾਰਗੇਟ ਹੋ ਰਿਹਾ, ਤੁਸੀਂ ਖੁਦ ਆਪਣਾ ਦੇਸ਼ ਟਾਰਗੇਟ ਕਰ ਰਹੇ ਹੋ, ਤੁਸੀਂ ਆਪਣੇ ਨੇਤਾ ਨੂੰ ਖੁਦ ਟਾਰਗੇਟ ਕਰ ਲਿਓ। ਇੱਕ ਮਨ ਲਈ ਸੋਚੋ, ਜੇਕਰ ਤੁਸੀਂ ਮੋਦੀ ਨੂੰ ਟਾਰਗੇਟ ਕਰਦੇ ਹੋ, ਤੁਸੀਂ ਬੀਜੇਪੀ ਨੂੰ ਟਾਰਗੇਟ ਕਰਦੇ ਹੋ, ਤੁਸੀਂ ਦੇਸ਼ ਨੂੰ ਕਿਹੜੇ ਕ੍ਰਾਈਸਿਸ ਦੇ ਵਿੱਚ ਪਾ ਰਹੇ ਹੋ? ਤੁਹਾਨੂੰ ਪਤਾ ਦੇਸ਼ ਨੂੰ ਸੰਭਾਲਣ ਵਾਲਾ ਅਗਲਾ ਨੇਤਾ ਕਿਤੇ ਨਹੀਂ ਖਲੋਤਾ ਹੈਗਾ, ਤੁਸੀਂ ਆਪਣੇ ਆਪ ਦੇ ਨਾਲ ਦੇਸ਼ ਧਰੋਹ ਕਰ ਰਹੇ ਹੋ, ਤੁਸੀਂ ਆਪਣੇ ਦੇਸ਼ ਦੇ ਨਾਲ ਸਾਰੇ ਜਣੇ ਦੇਸ਼ ਧਰੋਹ ਕਰ ਰਹੇ ਹੋ। ਕਿਉਂ ਨਹੀਂ ਅਸੀਂ ਇਸ ਚੀਜ਼ ਨੂੰ ਸਮਝਦੇ
ਕਿ ਅੱਜ ਵਰਲਡ ਦੀ ਲੀਡਿੰਗ ਅਗਰ ਓਪਰਚੁਨਿਟੀ ਦੇ ਵਿੱਚ ਸਾਡਾ ਜਿਹੜਾ ਦੇਸ਼ ਆ ਉਹ ਵਿਸ਼ਵ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਸ਼ਕਤੀ ਬਣ ਕੇ ਉੱਭਰ ਰਿਹਾ ਵਾ। ਜੇਕਰ ਯੂਕਰੇਨ ਤੇ ਰੂਸ ਦੀ ਜੰਗ ਹੁੰਦੀ ਆ, ਭਾਰਤ ਸਾਡਾ ਉਹਨਾਂ ਦੋਨਾਂ ਚੋਂ ਕਿਸੇ ਪਾਸੇ ਵੀ ਨਹੀਂ ਖਲੋਂਦਾ, ਉਹ ਕਹਿੰਦਾ ਕਿ ਮੈਂ ਸਾਂਝੀ ਵਾਲਤਾ ਦੇ ਵਿੱਚ ਖਲੋਊਂਗਾ, ਤਾਂ ਅਮਰੀਕਾ ਵੀ ਉਹਨਾਂ ਦੇ ਵੱਲ ਦੇਖਣ ਦੇ ਲਈ ਮਜਬੂਰ ਹੋ ਜਾਂਦਾ ਵਾ ਮੋਦੀ ਦੇ ਵੱਲ। ਅੱਜ ਜੇਕਰ ਰੂਸ ਦੇ ਵੱਲੋਂ ਤੇਲ ਬੰਦ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਨਾ, ਅਮਰੀਕਾ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਕਿ ਤੁਸੀਂ ਰੂਸ ਦੇ ਨਾਲ ਰਿਸ਼ਤੇ ਬੰਦ ਕਰ ਦਿਓ, ਲੇਕਿਨ ਮੋਦੀ ਸਾਹਿਬ ਨਹੀਂ ਕਰਦੇ ਇਸ ਤਰ੍ਹਾਂ, ਕਿਉਂਕਿ ਸਾਡਾ ਭਾਰਤ ਉਸ ਜਿਹੜੀ ਤੇਲ ਦੇ ਉੱਤੇ ਖਲੋਤਾ ਵਾ। ਜੇਕਰ ਤੁਸੀਂ ਵਿਸ਼ਵੀਕਰਨ ਦੀ ਰਾਜਨੀਤੀ ਨਾਲ ਦੇਖੋ ਤੇ ਅੱਜ ਬੀਜੇਪੀ ਜਿਹੜੀ ਆ, ਅਗਰ ਸਾਡੇ ਦੇਸ਼ ਦੇ ਵਿੱਚ ਉਹ ਕਿੰਨੀਆਂ ਸਟੇਟਾਂ ਦੇ ਵਿੱਚ ਰਾਜ ਕਰਦੀ ਪਈ ਆ, ਦੋ ਸਟੇਟਾਂ ਦੇ ਵਿੱਚ ਜਿਹੜੀ ਸਿਰਫ ਕਾਂਗਰਸ ਰਾਜ ਕਰਦੀ ਪਈ ਆ, ਉਹਦੇ ਵਿੱਚੋਂ ਵੀ ਇੱਕ ਹੁਣ ਖਤਮ ਹੋ ਗਈ, ਰਾਜਸਥਾਨ 'ਚ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਾਣੀ ਆ। ਹੁਣ ਸਾਡੇ ਕੋਲ ਤੀਜੀ ਧਿਰ ਕਿਹੜੀ ਬਚਦੀ ਆ ਜਿਹੜੀ ਕਿ ਸਾਡੇ ਦੇਸ਼ ਨੂੰ ਲੀਡ ਕਰੂਗੀ? ਇਨ ਸਪਾਈਟ ਆਫ ਦੈਟ ਸਾਨੂੰ ਸਾਰੀਆਂ ਸਿਚੁਏਸ਼ਨ ਸਮਝ ਆਉਣ ਡਈਆਂ ਵਾ, ਅਸੀਂ ਫੇਰ ਵੀ ਆਪਣੇ ਭਾਰਤ ਨੂੰ ਬਲਦੀ ਦੇ ਬੁੱਥੇ ਦੇ ਵਿੱਚ ਡਾਹ ਰਹੇ ਹਾਂ। ਕਿੰਨੇ ਕੁ ਅਸੀਂ ਸਿਆਣੇ ਹਿੰਦੁਸਤਾਨੀ ਆ, ਸਾਨੂੰ ਘੱਟੋ ਘੱਟ ਸਮਝ ਹੋਣੀ ਚਾਹੀਦੀ ਆ ਕਿ ਪਹਿਲਾਂ ਸਾਡਾ ਦੇਸ਼ ਆ, ਅਸੀਂ ਆਪਣੇ ਧੁਰੇ ਦੁਆਲੇ ਘੁੰਮਣ ਦੀ ਰਾਜਨੀਤੀ ਕਿਉਂ ਕਰ ਰਹੇ ਹਾਂ? ਪਹਿਲਾਂ ਰਾਸ਼ਟਰਵਾਦ ਆ, ਉਸ ਤੋਂ ਬਾਅਦ ਪਾਰਟੀਆਂ, ਉਸ ਤੋਂ ਬਾਅਦ ਸਾਡੇ ਲੋਕ। ਇਹ ਨਹੀਂ ਆ ਕਿ ਜਿੱਦਾਂ ਪੰਜਾਬ ਦੇ ਵਿੱਚ ਅਕਾਲੀ ਦਲ ਪਰਿਵਾਰਵਾਦੀ ਰਾਜਨੀਤੀ ਦੇ ਨਾਲ ਉਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਪਰ ਤੁਸੀਂ ਲੰਬਾ ਅਰਸਾ ਉਹਨਾਂ ਦੇ ਜੁੜ ਨਾਲ ਜੁੜੇ ਰਹੇ, ਉਦੋਂ ਕਿਉਂ ਨਹੀਂ ਸਵਾਲ ਚੁੱਕੇ? ਪਰ ਉਦੋਂ ਇਹ ਸੀ ਨਾ, ਇਹ ਨਹੀਂ ਸੀ ਨਾ ਪਤਾ ਕਿ ਸ਼ਾਸਨ ਕਰਨ ਵਾਲਾ ਬੰਦਾ ਹੀ ਇੱਕ ਵਪਾਰੀ ਬਣ ਜਾਏਗਾ ਤੇ ਉਹ ਸਾਰਾ ਕੁਝ ਹੀ ਖਤਮ ਕਰ ਦੇਗਾ। ਜੇਕਰ ਕਾਂਗਰਸ ਦੀ ਗੱਲ ਕਰਦੇ ਆ ਤਾਂ ਉਹ ਵੀ ਪਰਿਵਾਰਵਾਦੀ ਰਾਜਨੀਤੀ ਦੇ ਵਿੱਚ ਉਹਨੇ ਇੰਡੀਆ ਨੂੰ ਕਿੱਥੇ ਤੱਕ ਦਿੱਤਾ ਵਾ? ਅੱਜ ਇੱਕ ਵੱਡੀ ਪਾਰਟੀ ਦਾ ਵਿਰੋਧੀ ਤੇ ਨਹੀਂ ਖਤਮ ਹੋ ਗਿਆ ਵਾ, ਤਾਂ ਉਹਦੇ ਬਾਵਜੂਦ ਤੁਸੀਂ ਭਾਰਤ ਦੀ ਸਥਿਤੀ ਨੂੰ ਦੇਖੋ। ਭਾਰਤ ਦੀ ਸਥਿਤੀ ਚੰਗੀ ਹੋਏਗੀ, ਰਾਜ ਮਜ਼ਬੂਤ ਹੋਣਗੇ, ਰਾਜ ਮਜ਼ਬੂਤ ਹੋਣਗੇ ਤੇ ਉਹਨਾਂ ਦੇ ਬਾਸ਼ਿੰਦੇ ਸੁਖੀ ਹੋਣਗੇ। ਮੈਂ ਫਿਰ ਭਾਜੀ ਦੀ ਉਸ ਗੱਲ ਨੂੰ, ਮਡਾਰੂ ਸਾਹਿਬ ਦੀ ਉਸ ਗੱਲ ਨੂੰ ਮੈਂ ਰਿਪੀਟ ਕਰੂੰਗੀ ਕਿ ਬਾਦਲ ਸਾਹਿਬ ਕਹਿੰਦੇ ਸੀ ਭਾਈਚਾਰਕ ਸਾਂਝ ਹੋਵੇ, ਦੈਨ ਉੱਥੇ ਸ਼ਾਂਤੀ ਹੋਵੇਗੀ, ਦੈਨ ਉੱਥੇ ਤਰੱਕੀ ਹੋਵੇਗੀ। ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ ਤਾਂ ਘੱਟੋ ਘੱਟ ਉਹਨਾਂ ਗੱਲਾਂ ਨੂੰ ਇੰਪਲੀਮੈਂਟ ਤਾਂ ਕਰੋ ਨਾ। ਫਿਰ ਰਾਜਨੀਤੀ ਤੁਸੀਂ ਵਿਅਕਤੀ ਦੇ ਦੁਆਲੇ ਕਿਉਂ ਘੁਮਾ ਰਹੀ ਆ? ਵਿਅਕਤਿਤਵ ਦੇ ਦੁਆਲੇ ਘੁਮਾਓ। ਤੋਂ ਅੱਜ ਸਮੇਂ ਨੂੰ ਲੋੜ ਆ ਕਿ ਬੀਜੇਪੀ ਦੀ ਜਿਹੜੀ ਰਾਜਨੀਤੀ ਆ, ਬੀਜੇਪੀ ਦੀ ਜਿਹੜੀ ਰਾਸ਼ਟਰਵਾਦ ਦੀ ਰਾਜਨੀਤੀ ਆ, ਉਹਨੂੰ ਸਾਨੂੰ ਸਮਝਣਾ ਪਊਗਾ, ਸਾਨੂੰ ਸਾਡੇ ਦੇਸ਼ ਦੇ ਨਾਲ ਪਿਆਰ ਕਰਨਾ ਪਊਗਾ। ਜਿਵੇਂ ਮੋਦੀ ਸਾਹਿਬ ਨੇ ਜਿਹੜੇ ਵਿਰੋਧੀ ਸੰਗਠਨ ਸੀਗੇ ਉਹਨਾਂ ਨੂੰ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਦੇਸ਼ ਦੇ ਪ੍ਰਤੀ ਜਜ਼ਬਾ ਜਗਾ ਕੇ ਉਹਨਾਂ ਨੂੰ ਟੇਬਲ ਦੇ ਉੱਤੇ ਬੈਠ ਕੇ ਉਹਨਾਂ ਨੂੰ ਉਹਨਾਂ ਦੀਆਂ ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਹਟਾ ਕੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਇਆ? ਕਿਉਂ ਨਹੀਂ ਪੰਜਾਬ ਦੀਆਂ ਸਰਕਾਰਾਂ ਜਾਂ ਦੂਸਰੇ ਵੀ ਰਾਜਾਂ ਦੀਆਂ ਸਰਕਾਰਾਂ ਜਿੱਥੇ ਵੀ ਕਿਤੇ ਹਿੰਸਾ ਭੜਕਦੀ ਆ ਉੱਥੇ ਉਹਨਾਂ ਨੂੰ ਇਹ ਚੀਜ਼ ਇੰਪਲੀਮੈਂਟ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਵਿਰੋਧੀ ਸੰਗਠਨ ਨੇ ਉਹਨਾਂ ਨੂੰ ਟੇਬਲ ਤੇ ਬੈਠ ਕੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ 'ਚ ਰੱਖਣ, ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣ। ਮੈਂ ਇੱਕ ਗੱਲ ਬਿਕਰਮਜੀਤ ਸਿੰਘ ਨੇ ਕਹੀ ਕਿ ਐਨਕਾਊਂਟਰ ਕਰਨਾ, ਆਪਾਂ ਐਨਕਾਊਂਟਰ ਕਿਹਦਾ ਕਰਾਂਗੇ? ਉਹ ਬੱਚੇ ਜਿਹੜੇ ਕਿ ਜਿਵੇਂ ਮੁਹੰਮਦ ਖਾਲਿਦ ਜੀ ਨੇ ਕਿਹਾ ਕਿ ਇਕਨੋਮਿਕਲ ਡਿਵੈਲਪਮੈਂਟ ਨਾ ਹੋਣ ਦੀ ਵਜ੍ਹਾ ਕਰਕੇ ਉਹ ਇਹਨਾਂ ਪਰਿਸਥਿਤੀਆਂ ਦੇ ਵਿੱਚ ਆ ਗਏ ਕਿ ਉਹਦੇ ਵਿੱਚੋਂ ਕੋਈ ਅੱਤਵਾਦੀ ਬਣ ਗਏ, ਕੋਈ ਗੈਂਗਸਟਰ ਬਣ ਗਏ, ਕੋਈ ਕੁਛ ਬਣ ਗਏ। ਤਾਂ ਐਨਕਾਊਂਟਰ ਇਹੋ ਜਿਹੇ ਮਸਲਿਆਂ ਦਾ ਹੱਲ ਨਹੀਂ ਆ। ਇਹੋ ਜਿਹੇ ਮਸਲਿਆਂ ਦਾ ਹੱਲ ਇਹ ਆ ਕਿ ਉਹ ਵਿਰੋਧੀ ਗਰੁੱਪਾਂ ਨੂੰ ਸਥਿਤੀਆਂ ਤੋਂ ਜਾਣੂ ਕਰਾ ਕੇ ਆਪਣੇ ਰਾਸ਼ਟਰਵਾਦ ਦੀ ਭਾਵਨਾ ਉਹਨਾਂ ਦੇ ਵਿੱਚ ਭਰ ਕੇ ਤਾਂ ਉਹਨਾਂ ਨੂੰ ਦੇਸ਼ ਧਰੋਹੀ ਹੋਣ ਤੋਂ ਮਨਾ ਕੀਤਾ ਜਾਵੇ। ਹੁਣ ਦੇਖੋ, ਸੋਚ ਹੀ ਹੈ ਜਿਹੜੀ ਤੁਹਾਨੂੰ ਰਸਤੇ ਭਟਕਾ ਦਿੰਦੀ ਆ। ਤਾਂ ਜੇਕਰ ਸੋਚਾਂ ਨੂੰ ਹੀ ਇਹੋ ਜਿਹੜੇ ਵਿਰੋਧੀ ਗਰੁੱਪ ਨੇ ਉਹਨਾਂ ਨੂੰ ਲਿਆ ਕੇ, ਤਾਂ ਮੈਂ ਸੋਚਦੀ ਜੇ ਐਨਕਾਊਂਟਰ ਵੀ ਅਸੀਂ ਕਰਦੇ ਆ ਤਾਂ ਅਸੀਂ ਕਿਸੇ ਦੇ ਮਾਂ ਦਾ ਪੁੱਤ ਹੀ ਮਾਰਦੇ ਆ, ਅਸੀਂ ਕਿਸੇ ਪਿਓ ਦੀਆਂ ਬਾਹਾਂ ਮਾਰਦੇ ਆ, ਤਾਂ ਉਹ ਵੀ ਜਵਾਨ ਪੁੱਤ ਜਦੋਂ ਉਹ ਮਰਨਗੇ, ਉਹ ਕਿਸੇ ਬਾਪ ਦੀ ਜਵਾਨ ਪੁੱਤ ਜਿਹੜਾ ਵਾ ਉਹ ਕਿਸੇ ਬਾਪ ਦੀ ਮੋਢੇ ਦੀ ਅਰਥੀ ਬਣੂਗਾ, ਤਾਂ ਕੀ ਸਾਨੂੰ ਉਦੋਂ ਸੁੱਖ ਲੱਗੂਗਾ? ਤੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਸਮਾਜਿਕ ਵਰਤਾਰੇ ਚੋਂ ਨਿਕਲੀਆਂ ਨੇ, ਜੇ ਕਿਤੇ ਵਿਰੋਧੀ ਗਰੁੱਪ ਬਣ ਵੀ ਗਏ ਨੇ ਸੰਗਠਨ, ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਵਾਸਤੇ, ਉਹਨਾਂ ਨਾਲ ਸਾਂਝੀਵਾਲਤਾ ਦੇ ਉਪਦੇਸ਼ ਦੇ ਲਈ ਉਹਨਾਂ ਨੂੰ ਬੇਖੌਫ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ। ਐਨਕਾਊਂਟਰ ਕਿਸੇ ਮਸਲੇ ਦਾ ਹੱਲ ਨਹੀਂ ਆ। ਤੋਂ ਮੈਂ ਇਸ ਚੀਜ਼ ਦਾ ਬਿਲਕੁਲ ਵਿਰੋਧ ਕਰਦੀ, ਕਿਉਂਕਿ ਅੱਜ ਪੰਜਾਬ ਦੇ ਵਿੱਚ ਜਦੋਂ 84 ਦੇ ਦੌਰ ਦੇ ਵਿੱਚ ਆਤੰਕਵਾਦ ਖਤਮ ਕਰਨ ਦੇ ਲਈ ਕਾਂਗਰਸ ਨੇ ਜਦੋਂ ਮੁੰਡੇ ਜਿਹੜੇ ਸੀਗੇ, ਨੌਜਵਾਨ ਮੁੰਡਿਆਂ ਦਾ ਐਨਕਾਊਂਟਰ ਕੀਤਾ ਸੀਗਾ, ਉਹਨਾਂ ਨੇ ਬਦਲੇ ਦੀ ਭਾਵਨਾ ਦੇ ਨਾਲ ਹਿੰਦੂ ਸਿੱਖ ਦੀ ਭਾਵਨਾ ਦੇ ਵਿੱਚ ਕਿੰਨੇ ਲੋਕ ਮਾਰ ਦਿੱਤੇ ਸੀਗੇ ਅੱਜ ਵੀ, ਕਿਉਂਕਿ ਉਹਦੇ ਵਿੱਚ ਮੇਰਾ ਵੀ ਇੱਕ ਕਲਾਸਮੇਟ ਸੀ ਜਿਹੜੇ ਬ੍ਰਾਹਮਣ ਪਰਿਵਾਰ ਚੋਂ ਸੀਗੇ, ਚਾਰ ਬ੍ਰਦਰ ਸੀ ਉਹ ਜਿਨ੍ਹਾਂ ਨੂੰ ਇੱਕ ਲਾਈਨ ਦੇ ਵਿੱਚ ਖੜਾ ਕਰਕੇ ਮਾਰ ਦਿੱਤਾ ਗਿਆ ਸੀ। ਤਾਂ ਅਸੀਂ ਜਦੋਂ ਸਵੇਰੇ ਸਕੂਲ ਜਾ ਰਹੇ ਸੀਗੇ ਤੇ ਅਸੀਂ ਉਹ ਮੰਜ਼ਰ ਜਦੋਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤਾਂ ਉਹ ਮੰਜ਼ਰ ਅੱਜ ਵੀ ਨਹੀਂ ਭੁੱਲਦਾ। ਸੋ ਮੈਂ ਇਹ ਗੱਲ ਸਮਝਦੀ ਹਾਂ ਕਿ ਐਨਕਾਊਂਟਰ ਇਸ ਮਸਲੇ ਦਾ ਹੱਲ ਨਹੀਂ ਆ। ਇਸ ਮਸਲੇ ਦਾ ਇਹੀ ਹੱਲ ਆ ਕਿ ਵਿਰੋਧੀ ਜਿੰਨੇ ਵੀ ਨੇ ਜਿਹੜੇ ਇਸ ਬਦਲੇ ਦੀ ਭਾਵਨਾ ਦੇ ਨਾਲ ਚੱਲ ਪਏ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਦੇਸ਼ ਦੀ ਜਿਹੜੀ ਦੇਸ਼ ਭਗਤੀ ਆ,
ਜਿਹੜੀ ਇੱਕ ਸਮੇਂ ਜਦੋਂ ਆਪਣੇ ਭਗਤ ਸਿੰਘ ਰਾਜਗੁਰੂ ਸੁਖਦੇਵ ਸੀਗੇ, ਜਦੋਂ ਉਹ ਨਿਕਲੇ ਸੀਗੇ ਆਪਣੇ ਘਰਾਂ ਤੋਂ, ਜਦੋਂ ਜਦੋਂ ਉਹ ਦਮੁੱਖਾਂ ਬੀਜਦਾ ਸੀਗਾ ਤੇ ਉਦੋਂ ਉਹਦੇ ਦਿਲ ਦੇ ਵਿੱਚ ਭਗਤ ਸਿੰਘ ਦੇ ਵਿੱਚ ਇਹ ਸੀਗਾ ਕਿ ਇਹ ਜਿਹੜੀਆਂ ਮੈਂ ਦਮੁੱਖਾਂ ਬੀਜੂਗਾ ਤੇ ਇਹ ਵੱਧ ਜਾਣਗੀਆਂ ਤੇ ਮੈਂ ਆਪਣੇ ਦੇਸ਼ ਦੀ ਰੱਖਿਆ ਕਰੂੰਗਾ। ਤੁਹਾਡੇ ਸਵਾਲ ਦਾ ਜਵਾਬ ਲੈ ਲੈਂਦੇ ਹਾਂ ਕਮਲ ਜੀ, ਟਾਈਮ ਬਹੁਤ ਘੱਟ ਹੈ, ਤੁਹਾਡੇ ਸਵਾਲ ਦਾ ਜਵਾਬ ਲੈਂਦੇ ਹਾਂ। ਵਿਕਰਮ ਜੀ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਐਨਕਾਊਂਟਰ ਤੇ ਕਿਤੇ ਨਾ ਕਿਤੇ ਹੱਲ ਹੋਣਾ, ਮੁੱਖ ਧਾਰਾ ਨੂੰ ਮੇਨ ਚੁਣਿਆ ਗਿਆ, ਮੁਹੰਮਦ ਖਾਲਿਦ ਵੱਲੋਂ ਵੀ ਇਸੇ ਪਾਸੇ ਦਾ ਇਸ਼ਾਰਾ ਕੀਤਾ ਗਿਆ, ਸੁਰਿੰਦਰ ਕੰਵਰ ਵੱਲੋਂ ਵੀ ਇਸੇ ਪੱਖ ਦਾ ਇਸ਼ਾਰਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਆਰੋਪ ਵੀ ਲਗਾਇਆ ਗਿਆ ਕਿ ਜੋ ਹਾਲ ਪਹਿਲਾਂ ਪੰਜਾਬ ਦਾ ਉਹ ਕਾਲੇ ਦੌਰ ਨੂੰ ਕਹਿ ਕੇ ਨਿੰਦਿਆ ਗਿਆ, ਉਸ ਦੇ ਵਿੱਚ ਕਾਂਗਰਸ ਕਿਤੇ ਨਾ ਕਿਤੇ ਬਦਨਾਮ ਹੈ। ਦੇਖੋ ਜੀ, ਮੇਰੀ ਭੈਣ ਸੁਰਿੰਦਰ ਕਮਲ ਨੇ ਕਿਹਾ ਕਿ ਐਨਕਾਊਂਟਰ ਇਸ ਚੀਜ਼ ਦਾ ਹੱਲ ਨਹੀਂ, ਮੈਂ ਵੀ ਇਸ ਚੀਜ਼ ਨਾਲ 100% ਸਹਿਮਤ ਹਾਂ। ਪਰ ਐਨਕਾਊਂਟਰ ਕਿਹੜੇ ਹਾਲਾਤਾਂ ਦੇ ਵਿੱਚ ਕੀਤੇ ਜਾਂਦੇ ਆ? ਜੇ ਕੈਪਟਨ ਸਰਕਾਰ ਵਿੱਚ, ਜੇ 84 ਦੇ ਵਿੱਚ ਕੁਝ ਐਨਕਾਊਂਟਰਸ ਹੋਏ, ਪਰ ਕਾਂਗਰਸ ਕੋਲੇ ਇੱਕ ਲੰਮੀ ਲਿਸਟ ਹੈ ਜਿਹਦੇ ਵਿੱਚ ਉਹਨਾਂ ਅਲੱਗਵਾਦੀਆਂ ਦਾ, ਉਹਨਾਂ ਆਤੰਕਵਾਦੀਆਂ ਨੂੰ ਤੋਂ ਹਥਿਆਰ ਸਟਵਾ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਵੀ ਦਿੱਤੀ ਗਈ ਸੀਗੀ। ਉਹ ਐਨਕਾਊਂਟਰ ਇੱਕ ਸਭ ਤੋਂ ਲਾਸਟ ਵਾਲਾ ਹਥਿਆਰ ਰਹਿ ਜਾਂਦਾ ਹੈ ਕਿ ਜਦੋਂ ਪੰਜਾਬ ਪੁਲਿਸ, ਉਹ ਪੰਜਾਬ ਪੁਲਿਸ ਜਿਨ੍ਹਾਂ ਦੇ ਵਰਦੀ ਪਾਈ ਹੁੰਦੀ ਆ, ਉਹ ਵੀ ਆਪਣੇ ਧੀ ਪੁੱਤ ਹੁੰਦੇ ਨੇ। ਕਿਵੇਂ, ਤੁਹਾਨੂੰ ਯਾਦ ਹੋਣਾ ਅਕਾਲੀ ਦਲ ਦੀ ਸਰਕਾਰ ਵੇਲੇ, ਉਦੋਂ ਅਕਾਲੀ ਦਲ ਨਾਲ ਸੰਬੰਧਿਤ ਕੁਝ ਗੈਂਗਸਟਰਾਂ ਨੇ ਇੱਕ ASI ਨੂੰ, ਜਿਹੜਾ ਆਪਣੀ ਧੀ ਨੂੰ ਛੇੜਨ ਦੇ ਵਿਰੋਧ ਦੇ ਵਿੱਚ ਉੱਥੇ ਸ਼ਿਕਾਇਤ ਲੈ ਕੇ ਗਿਆ ਸੀ, ਤੇ ਕਿਵੇਂ ਉਸ ਅਕਾਲੀ ਦਲ ਨਾਲ ਸੰਬੰਧਿਤ ਗੈਂਗਸਟਰਾਂ ਨੇ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਐਨਕਾਊਂਟਰ ਗੈਂਗਸਟਰ ਦੀ ਕੋਈ ਜਾਤ ਨਹੀਂ ਆ, ਜਦੋਂ ਕੋਈ ਜ਼ੁਰਮ ਦੇ ਖੇਤਰ ਦੇ ਵਿੱਚ ਪੈਂਦਾ ਵਾ ਨਾ, ਉਦੋਂ ਉਹਦੀ ਕੋਈ ਜਾਤ ਬਰਾਦਰੀ ਨਹੀਂ ਹੁੰਦੀ, ਉਦੋਂ ਉਹਦੀ ਕੋਈ ਪਾਰਟੀ ਨਹੀਂ ਹੁੰਦੀ। ਤੁਸੀਂ ਦੇਖੋ ਇੱਕ ਚੀਜ਼ ਨੂੰ ਤੁਸੀਂ ਜਿਸ ਤਰ੍ਹਾਂ ਜੋੜ ਰਹੇ ਹੋ, ਦੇਖੋ ਗੈਂਗਸਟਰ ਤਾਂ ਦਿਮਾਗੀ ਜ਼ੁਰਮ ਦੀ ਉਹ ਸਥਿਤੀ ਆ ਨਾ ਜਿਹਦੇ ਵਿੱਚ ਦੁਸ਼ਮਣੀ ਪੈਦਾ ਹੋ ਰਹੀ ਆ ਤਾਂ, ਪਰ ਇਹ ਤੁਹਾਡੀਆਂ ਸਰਕਾਰਾਂ ਦੇ ਵਿੱਚ ਵੱਧ ਫੁੱਲ ਕੇ ਉੱਭਰ ਕੇ ਬਾਹਰ ਆਏ ਨੇ, ਜਿਹਦਾ ਅੱਜ ਖਮਿਆਜਾ ਸਾਡੇ ਸਾਰੇ ਸਮਾਜ ਨੂੰ ਭੁਗਤਣਾ ਪੈ ਰਿਹਾ ਵਾ। ਕਾਂਗਰਸ ਆਪਣੇ ਆਪਣੇ ਕੀਤੇ ਦੀ ਜਿਹੜੀ ਆ ਨਾ, ਉਹ ਉਹਦੇ ਤੋਂ ਡਿਨਾਈ ਨਹੀਂ ਕਰ ਸਕਦੀ ਕਿ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੇ ਕੀ ਕੀਤਾ, ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਇਹ ਸਾਰਾ ਕੁਝ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ, ਤੁਸੀਂ ਪਾਠ ਸੀ, ਤੁਸੀਂ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਪਾਠ ਸੀ ਸੁਰਿੰਦਰ ਕੰਬਲ ਜੀ, ਤੁਸੀਂ ਪਾਠ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦਾ। ਜੇਕਰ ਗੈਂਗਵਾਰ ਹੋਈ ਹੈ ਤਾਂ ਸਰਕਾਰਾਂ ਜ਼ਿੰਮੇਵਾਰ ਨੇ, ਤੁਹਾਨੂੰ ਇਸ ਚੀਜ਼ ਨੂੰ ਡਿਨਾਈ ਨਹੀਂ ਕਰਨਾ ਚਾਹੀਦਾ। ਭਰਾਤਰੀ ਭਾਵ ਦੇ ਨਾਲ ਜਦੋਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਤਾਂ ਉਦੋਂ 90% ਜਿਹੜਾ ਰਾਜ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਫਰੰਟ ਤੇ ਸੀ, ਬੀਜੇਪੀ ਸਿਰਫ ਉਸ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਦੇ ਲਈ ਜਿਹੜੀ ਬਾਦਲ ਸਾਹਿਬ ਦੀ ਸੀਗੀ ਕਿ ਭਾਈਚਾਰਕ ਸਾਂਝ ਹੋਵੇ ਔਰ ਸ਼ਾਂਤੀ ਹੋਵੇ ਤੇ ਉੱਥੇ ਤਰੱਕੀ ਹੋਵੇ, ਤਾਂ ਬੀਜੇਪੀ ਨੇ ਇੱਕੋ ਗੱਲ ਕਹੀ ਕਿ ਸਾਡਾ ਵੱਡਾ ਭਰਾ ਅਗਰ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਤੇ ਉਹਨਾਂ ਨੇ ਕਦੀ ਵੀ ਉੱਥੇ ਦਖਲ ਅੰਦਾਜ਼ੀ ਨਾ ਸੀ ਕੀਤੀ। ਵਿਕਰਮ ਜੀ ਤੋਂ ਜਵਾਬ ਲੈ ਲੈਂਦੇ ਆ, ਵਿਕਰਮ ਜੀ 2 ਮਿੰਟ ਦੇ ਵਿੱਚ ਆਪਣਾ ਜਵਾਬ ਪੂਰਾ ਕਰ ਦਿਓ, ਸਮਾਂ ਬਹੁਤ ਘੱਟ ਹੈ। ਮੈਂ ਇੱਕ ਗੱਲ ਕਹਿਣਾ, ਜਿਹੜਾ ਗੈਂਗਸਟਰਿਜ਼ਮ, ਗੈਂਗਸਟਰ ਸ਼ਬਦ ਕਦੋਂ ਕ੍ਰੀਏਟ ਹੋਇਆ? 2007 ਤੋਂ ਲੈ ਕੇ 17 ਤੱਕ ਦੀ ਤੁਹਾਡੀ ਭਾਈਵਾਲ ਸਰਕਾਰ ਦੌਰਾਨ ਹੋਇਆ ਨਾ, ਇਹ ਤੁਸੀਂ ਮੰਨਦੇ ਹੋ? ਜਿਹੜਾ ਚਿੱਟਾ ਪੰਜਾਬ ਦੇ ਵਿੱਚ, ਜਿਸ ਨੂੰ 2007 ਤੋਂ ਪਹਿਲਾਂ ਕਦੇ ਕੋਈ ਜਾਣਦਾ ਨਹੀਂ ਸੀ, ਉਹ ਚਿੱਟਾ ਪੰਜਾਬ ਦੇ ਵਿੱਚ ਕਿਵੇਂ ਆਇਆ ਤੇ ਕਿਹਦੀ ਸਰਕਾਰ ਦੇ ਵਿੱਚ ਆਇਆ? ਇਹ ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਅਕਾਲੀ ਦਲ ਤੇ ਭਾਜਪਾ ਦੀ ਜਦੋਂ ਭਾਈਵਾਲ ਸਰਕਾਰ ਸੀ, ਉਹਨਾਂ 10 ਸਾਲਾਂ ਦੇ ਵਿੱਚ ਪੰਜਾਬ ਤੇ ਪੰਜਾਬੀ ਇਸ ਚਿੱਟੇ ਤੇ ਗੈਂਗਸਟਰ ਨਾਮ ਤੋਂ ਇਹਨਾਂ 10 ਸਾਲਾਂ ਦੇ ਵਿੱਚ ਜਾਣੂ ਹੋਏ ਸੀ? 2017 ਦੇ ਵਿੱਚ ਤਾਂ ਇਸ ਦੇ ਵਿਰੁੱਧ ਲਹਿਰ ਚੱਕੀ ਸੀ ਕੈਪਟਨ ਸਰਕਾਰ ਨੇ। ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦੀ ਹਾਂ ਕਿ ਅੱਜ ਦੀ ਜਿਹੜੀ ਭਾਜਪਾ ਦੀ ਸਥਿਤੀ ਆ ਨਾ, ਕਿਉਂਕਿ ਜਦੋਂ ਅਕਾਲੀ ਦਲ ਦੇ ਨਾਲ ਇਹਨਾਂ ਦਾ ਗੱਠਜੋੜ ਸੀਗਾ ਉਦੋਂ ਇਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਉਹਦਾ ਖਮਿਆਜਾ ਹੀ ਅੱਜ ਭੁਗਤਿਆ, ਕਿਉਂਕਿ ਅਕਾਲੀ ਦਲ ਨੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਤੇ ਇੱਕ ਦੁਸ਼ਮਣ ਜਮਾਤ ਦੀ ਤਰ੍ਹਾਂ ਭੰਡਿਆ ਔਰ ਉਸਦਾ ਖਮਿਆਜ਼ਾ ਅੱਜ ਬੀਜੇਪੀ ਭੁਗਤ ਰਹੀ ਆ। ਸੁਰਿੰਦਰ ਕਮਲ ਜੀ, ਟਾਈਮ ਬਹੁਤ ਘੱਟ ਹੈ, ਵਿਕਰਮ ਜੀ ਸਿਰਫ 2 ਮਿੰਟ ਬਚੇ ਨੇ, 2 ਮਿੰਟ ਦੇ ਵਿੱਚ ਆਪਣਾ ਜਵਾਬ ਦਿਓ। ਇਹ ਕਹਿੰਦਾ 10 ਸਾਲ ਤੁਸੀਂ ਇਹਨਾਂ ਨੂੰ ਸੈਂਟਰ ਦੀਆਂ ਵਜ਼ੀਰੀਆਂ ਤੱਕ ਦਿੱਤੀਆਂ, ਕਿਉਂ ਦਿੱਤੀਆਂ? ਜਦੋਂ ਤੁਹਾਨੂੰ ਪਤਾ ਸੀ ਕਿ ਇਹ ਪੰਜਾਬ ਦਾ ਇਹ ਹਾਲਾਤ ਕਰ ਰਹੇ ਨੇ, ਪੰਜਾਬ ਦੇ ਵਿੱਚ ਇਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ, ਨਸ਼ੇ ਪੈਦਾ ਕੀਤੇ, ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੀ ਭਾਈਚਾਰਕ ਸਾਂਝ ਬਣੀ ਰਹੇ, ਕਿਉਂਕਿ ਦੇਖੋ ਇਹ ਗੱਲਾਂ ਸੁਰਿੰਦਰ ਕਮਲ ਦੀ, ਇਹ ਗੱਲ ਤੁਹਾਨੂੰ ਮੰਨਣੀ ਪਵੇਗੀ, ਹਿੰਦੂ ਸਿੱਖ ਦੀ ਅਸੀਂ ਵੀ ਕਦਰ ਕਰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਦੇਸ਼ ਏਕਤਾ ਤੇ ਅਖੰਡਤਾ ਵੱਲ ਵਧੇ, ਪਰੰਤੂ ਉਸ ਸਮੇਂ ਸਵਾਲ ਉੱਠਦੇ ਸੀ, ਜੇਕਰ ਤੁਸੀਂ ਪਤਾ ਸੀ, ਤੁਹਾਨੂੰ ਪਤਾ ਸੀ ਕਿ ਇਹ ਕਾਰਗੁਜ਼ਾਰੀ ਹੋ ਰਹੀ ਹੈ। ਹਾਲਾਂਕਿ ਮੈਂ ਇਹ ਗੱਲ ਵੀ ਰੱਖਣਾ ਚਾਹਾਂਗਾ ਕਿ ਜੇਕਰ ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਦੇ ਵਿੱਚ ਚਿੱਟਾ ਆਇਆ ਹੈ, ਬਾਰਡਰ ਸਟੇਟ ਫਿਰ ਜੰਮੂ ਕਸ਼ਮੀਰ ਵੀ ਹੈ, ਬਾਰਡਰ ਸਟੇਟ ਫਿਰ ਰਾਜਸਥਾਨ ਵੀ ਹੈ, ਬਾਰਡਰ ਸਟੇਟ ਤਾਂ ਹੋਰ ਵੀ ਬਹੁਤ ਨੇ। ਮੁਹੰਮਦ ਖਾਲਿਦ ਜੀ, 2 ਮਿੰਟ ਦੇ ਵਿੱਚ ਕਲੋਜ਼ਿੰਗ ਦਿਓ, 2 ਮਿੰਟ ਦੇ ਵਿੱਚ ਤੁਹਾਡਾ ਪੱਖ ਜਾਣਨਾ ਚਾਹਾਂਗਾ। ਜੀ ਮੁਹੰਮਦ, ਮੈਂ ਸਿਰਫ 2 ਗੱਲਾਂ ਕਹਾਂਗਾ।
ਜਿਹੜੀ ਅਕਾਲੀ ਦਲ ਬੀਜੇਪੀ ਦੀ ਸਾਂਝ ਸੀਗੀ ਉਹਦੇ ਵਿੱਚ ਕੋਈ ਇਹ ਨਹੀਂ ਸੀਗਾ ਹਿੰਦੂ ਸਿੱਖ ਜਾਂ ਕੁਛ, ਉਹ ਸਿਰਫ ਪੋਲੀਟੀਕਲ ਸੀਗੀ, ਉਹ ਐਂਟੀ ਕਾਂਗਰਸਿਜ਼ਮ ਸੀਗੀ। ਕਾਂਗਰਸ ਨੂੰ ਪਾਸੇ ਰੱਖ ਕੇ ਹੀ ਦੋਨੇ ਪਾਰਟੀਆਂ ਇਕੱਠੀ ਹੋ ਕੇ ਸਰਕਾਰ ਬਣਾ ਸਕਦੀਆਂ ਸੀਗੀਆਂ, ਇਹ ਪੋਲਿਟਿਕਸ ਹੈ। ਦੂਸਰੀ ਚੀਜ਼ ਜਿਹੜੀ ਆਪਾਂ ਇਹ ਕਹਿ ਰਹੇ ਹਾਂ ਜੀ ਕਿ ਐਨਕਾਊਂਟਰ, ਦੇਖੋ ਆਪਾਂ ਕਿਸ ਦੇਸ਼ ਚ ਰਹਿੰਦੇ ਹਾਂ ਜਿੱਥੇ ਰੂਲ ਆਫ ਲਾ ਹੈ, ਇੱਕ ਕਾਂਸਟੀਟਿਊਸ਼ਨ ਹੈ ਜਿੱਥੇ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਿਕ ਸਾਰਾ ਕੁਝ ਚੱਲਦਾ ਹੈ। ਤੁਸੀਂ ਇਸੇ ਤਰੀਕੇ ਦੇ ਨਾਲ ਗੈਂਗਸਟਰਿਜ਼ਮ, ਕੋਈ ਕਹਿੰਦਾ ਜੀ ਬੁਲਡੋਜ਼ਰ ਚੜਾ ਦਿਓ, ਕੋਈ ਕਹਿੰਦਾ ਗੈਂਗਸਟਰ ਐਨਕਾਊਂਟਰ ਕਰ ਦਿਓ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤਾਂ ਇੱਦਾਂ ਕਰ ਰਹੇ ਹਾਂ ਜਿਵੇਂ ਕਿ ਕੋਈ ਇਸ ਤਰ੍ਹਾਂ ਦੀ ਸਰਕਾਰ ਹੋਵੇ ਜਿੱਥੇ ਕਿ ਰੂਲ ਆਫ ਲਾ ਹੀ ਨਾ ਹੋਵੇ। ਹਰ ਚੀਜ਼ ਲਾ ਦੇ ਮੁਤਾਬਕ ਚੱਲਦੀ ਹੈ, ਉਹਦੇ ਮੁਤਾਬਕ ਚੱਲਣੀ ਚਾਹੀਦੀ ਹੈ। ਅਗਰ ਆਪਾਂ ਜਾਂ ਸਰਕਾਰ, ਦੇਖੋ ਟੈਰੋਰਿਜ਼ਮ ਸ਼ਬਦ ਵੀ ਸਰਕਾਰੀ ਟੈਰੋਰਿਜ਼ਮ ਤੋਂ ਹੀ ਸ਼ੁਰੂ ਹੋਇਆ ਥਾ ਫਰਾਂਸ ਦੇ ਵਿੱਚੋਂ ਕਿਸੇ ਵੇਲੇ, ਇਸੇ ਕਰਕੇ ਕਿਉਂਕਿ ਕਿਹਾ ਵੀ ਜਾਂਦਾ ਹੈ ਕਿ ਸਰਕਾਰ ਸਭ ਤੋਂ ਵੱਡੀ ਟੈਰੋਰਿਸਟ ਹੁੰਦੀ ਹੈ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਲਾ ਐਂਡ ਆਰਡਰ ਔਰ ਜਾਂ ਜਿਹੜਾ ਕਾਂਸਟੀਟਿਊਸ਼ਨ ਹੈ, ਸੰਵਿਧਾਨ ਹੈ, ਸਭ ਤੋਂ ਜ਼ਿਆਦਾ ਅਵੇਲਨਾ ਜਿਹੜੀ ਹੈਗੀ ਹੈ ਉਹ ਸਰਕਾਰੀ ਏਜੰਸੀਆਂ ਕਰਦੀਆਂ ਬਹੁਤ ਜਗ੍ਹਾ। ਇਸ ਕਰਕੇ ਆਪਾਂ ਐਨਕਾਊਂਟਰ ਨੂੰ ਕੋਈ ਇਸ ਤਰ੍ਹਾਂ ਟਰੋਫੀ ਵਾਂਗੂ ਇਸਤੇਮਾਲ ਨਾ ਕਰੀਏ, ਕਿਉਂਕਿ ਆਪਾਂ ਇੱਕ ਐਸੇ ਦੇਸ਼ 'ਚ ਰਹਿ ਰਹੇ ਹਾਂ ਜਿੱਥੇ ਡੈਮੋਕ੍ਰੇਸੀ ਹੈ ਤੇ ਰੂਲ ਆਫ ਲਾ ਹੈ, ਉਹਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਹੈ। ਹਾਂ, ਉਹਦੇ ਅਗੇਂਸਟ ਸਾਡੀਆਂ ਜਿਹੜੀਆਂ ਏਜੰਸੀਜ਼ ਹੈ ਉਹਨਾਂ ਨੂੰ ਪੂਰਾ ਕੰਮ ਕਰਨਾ ਚਾਹੀਦਾ। ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਮਲ ਜੀ, ਵਿਕਰਮ ਜੀ, ਖਾਲਿਦ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲ ਹੋਰ ਵੀ ਕਰਨੀ ਸੀ, ਹੋਰ ਮੁੱਦਾ ਵੀ ਚੱਕਣਾ ਸੀ, ਪਰੰਤੂ ਇਸ ਸਮੇਂ ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ। ਤੋ ਸਭ ਦਾ ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਹਮੇਸ਼ਾ ਤੁਸੀਂ ਜੁੜੇ ਰਹਿੰਦੇ ਹੋ, ਅਗਲੀ ਵਾਰ ਵੀ ਇਸੇ ਤਰ੍ਹਾਂ ਦੇ ਮੁੱਦੇ ਉਠਾਉਂਦੇ ਰਹਾਂਗੇ। ਸਿੱਧੇ ਤੌਰ 'ਤੇ ਵੱਖੋ ਵੱਖ ਬੁਲਾਰਿਆਂ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਗਏ ਨੇ। ਖਾਲਿਦ ਸਾਹਿਬ ਨੇ ਵੱਲੋਂ ਸਿੱਧੇ ਤੌਰ 'ਤੇ ਕਿਹਾ ਗਿਆ ਕਿ ਜੋ ਇਹ ਇੰਪਲੀਮੇਸ਼ਨ ਹੈ, ਜਿਸ ਦੇ ਇੰਪਲੀਮੇਸ਼ਨ ਦੇ ਵਿੱਚ ਕਮੀ ਹੈ, ਭਾਵੇਂ ਉਹ ਐਜੂਕੇਸ਼ਨ ਹੈ, ਭਾਵੇਂ ਉਹ ਹੋਰ ਕਿਸੇ ਵੀ ਤਰ੍ਹਾਂ ਦੀ ਇੰਪਲੀਮੇਸ਼ਨ ਹੈ, ਜੋ ਕਮੀਆਂ ਨੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਬੜਾਵਾ ਦਿੰਦੀਆਂ ਨੇ। ਅਤੇ ਜਦੋਂ ਤੱਕ ਅਸੀਂ ਸਿੱਖਿਆ ਦੇ ਮਿਆਰ ਨੂੰ ਅਤੇ ਬੇਰੁਜ਼ਗਾਰੀ ਦੇ ਮਿਆਰ ਨੂੰ ਖਤਮ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਕਦੇ ਨਾ ਕਿਤੇ ਕਿਸੇ ਨਾ ਕਿਸੇ ਮੁਕਾਮ 'ਤੇ ਨਹੀਂ ਪਹੁੰਚ ਪਾਵਾਂਗੇ, ਕਿਉਂਕਿ ਸਾਨੂੰ ਰਸਤੇ ਦੇ ਵਿੱਚ ਉਹੀ ਰੁਕਾਵਟਾਂ ਮਿਲਣਗੀਆਂ ਜਿਨ੍ਹਾਂ ਰੁਕਾਵਟਾਂ ਨੇ ਸਾਨੂੰ ਅੱਜ ਅੜਿੱਕਾ ਲਾਇਆ ਹੋਇਆ। ਅਤੇ ਇਸ ਦੇ ਨਾਲ ਹੀ ਸਾਨੂੰ ਇਸ ਸਮੇਂ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਪੰਜਾਬ ਟੁਡੇ।